एक शरणा मिले दान संतरेन जेहें लग पवजल तरना बिनत करूं अरदास सुनो जे ठाकुर भावै देहो दर्श मन चाओ भगत एह मन ठहरावै भले चिराग अंधियार मह सब कल उदरी एक नाम धर्म प्रगट सकल हर पवन मह जन नानक गुर पार ब्रह्म दंडौत बंदन अनिक वार सर्व कला समरथ डोलन ते राखो प्रभु नानक दे कर हथ डोलन ते राखो प्रभु नानक दे कर हथ परम सन्मान योग साहिब श्री गुरु ग्रंथ साहिब सचे पातशाह महाराज जी दी पावन पवित्र हजूरी अंदर अमृत वेले तो सजे हुए इस गुरमत दीवान दी आप जी ने हाजरी भरी है। वैसे ता सारा दिन इस अस्थार स्थान ते गुरबाणी पाठ कीर्तन विचार सारा दिन गुरु दा चिंतन हुंदा है और कुछ विशेष दिहाड़े हुंदे ने जिन्हां नूं आपां भावना सहित मनाने खां। अज सतगुरु गुरु अमरदास महाराज जी दा ज्योति जोत समावन दिवस है। सन्मान योग ज्ञानी बलवंत सिंह जी लड़ीवार कथा और हजूर दे जीवन इतिहास नू आप जी नाल सांझियां कर रहे सन। आओ थोड़ी जी आपां भी हाजरी जरूर लवाइए और लड़ीवार जो इतिहास गुरु नानक साहिब महाराज जी दा चल रहा है उस संबंधी विचार कर सकिए। गुरु बख्शी फतेह स्वीकार करो। प्यार अदब नाल समूह संगत उचारण करो जी। वाहिगुरु जी का खालसा
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ ਤੀਰਥ ਇਸ਼ਨਾਨ ਵਿੱਚ ਬਤੀਤ ਕੀਤਾ, ਅਖੀਰ ਗੁਰੂ ਅੰਗਦ ਦੇਵ ਜੀ ਦੇ ਚਰਨ ਕਮਲਾਂ ਚ ਹਾਜ਼ਰ ਹੋਏ, ਆਪ ਜੀ ਉਮਰ ਕਰਕੇ ਗੁਰੂ ਅੰਗਦ ਦੇਵ ਜੀ ਤੋਂ 25 ਸਾਲ 25 ਸਾਲ ਵੱਡੇ ਨੇ। ਕੁੜਮਾਚਾਰੀ ਦਾ ਨਾਤਾ ਹੈ। ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਜੀ ਧੰਨ ਗੁਰੂ ਅਮਰਦਾਸ ਜੀ ਦੇ ਭਤੀਜੇ ਨਾਲ ਵਿਆਹੀ ਹੈ। ਉਹਨਾਂ ਨੇ ਲੋਕ ਲਾਜ, ਸੰਸਾਰੀ ਰਿਸ਼ਤੇ, ਉਮਰ ਤੇ ਤਕਾਜ਼ੇ, ਹਰ ਚੀਜ਼ ਨੂੰ ਇੱਕ ਪਾਸੇ ਰੱਖ ਕੇ ਧੰਨ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਰਾਹਬਰ ਮੁਰਸ਼ਦ ਸਤਿਗੁਰੂ ਸਵੀਕਾਰ ਕੇ ਬਹੁਤ ਬਿਖਮ ਉਹਨਾਂ ਨੇ ਕਾਲ ਕਾਲੀ ਹੈ। ਉਹ ਇੰਨੇ ਅਡੋਲ ਰਹੇ, ਇਸ ਦਾ ਜ਼ਿਕਰ ਸਾਨੂੰ ਬਾਣੀ ਚੋਂ ਮਿਲਦਾ ਹੈ ਕਿ ਜਿਵੇਂ ਤੇਜ਼ ਤੂਫਾਨ ਚੱਲੇ, ਤੇਜ਼ ਹਵਾ ਚੱਲੇ, ਰੁੱਖ ਟੁੱਟ ਸਕਦੇ ਨੇ, ਸੱਚ ਇਵੇਂ ਕਿ ਜ਼ਮੀਨ ਤੋਂ ਪੱਟੇ ਜਾ ਸਕਦੇ ਆ, ਪਰ ਤੂਫਾਨ ਜਿਤਨਾ ਮਰਦੀ ਤੇਜ਼ ਹੋਵੇ ਪਹਾੜ ਦਾ ਕੁਛ ਵੀ ਨਹੀਂ ਵਿਗਾੜ ਸਕਦਾ। ਸੰਸਾਰੀ ਤੌਰ ਤੇ ਜਿਤਨੇ ਮਰਜ਼ੀ ਤੂਫਾਨ ਚੱਲੇ, ਗੁਰੂ ਅਮਰਦਾਸ ਪਹਾੜ ਦੀ ਤਰ੍ਹਾਂ ਉਹਨਾਂ ਦਾ ਕੋਈ ਵੀ ਕੁਛ ਨਹੀਂ ਵਿਗਾੜ ਸਕਿਆ। ਗੁਰੂ ਘਰ ਦੇ ਰਬਾਬੀਆਂ ਨੇ ਇਹ ਸ਼ਬਦ ਵਰਤੇ, ਸੋ ਟਿੱਕਾ ਸੋ ਬਹਿਣਾ ਸੋਈ ਦੀਵਾਨ, ਪਿਓ ਦਾਦੇ ਜੇ ਵਿਆਹ ਪੋਤਾ ਪਰਵਾਨ, ਜਿਨ ਵਾਸਕ ਨੇਤਰੈ ਘੱਤਿਆ ਕਰ ਨੇਹੀ ਤਾਣ, ਜਿਨ ਸਮੁੰਦ ਵਰੋਲਿਆ ਕਰ ਮੇਰ ਮਿਧਾਨ ਮਾਧਾਨ, 14 ਰਕਨ ਨਿਕਾਲਿਓਨ ਕੀਤੁਨ ਚਾਨਾਣ। ਅਗਲੀ ਗੱਲ ਸੁਣਿਓ, ਘੋੜਾ ਕੀਤੋ ਸਹਿਜ ਦਾ। ਗੁਰੂ ਅਮਰਦਾਸ ਨੇ ਸਹਿਜ ਅਵਸਥਾ ਦੇ ਘੋੜੇ ਦੀ ਅਸਵਾਰੀ ਕੀਤੀ। ਹੁਣ ਸਹਿਜ ਸ਼ਬਦ ਇੰਨਾ ਡੂੰਘਾ ਹੈ ਬਾਣੀ ਚ, ਅਸੀਂ ਭਾਵੇਂ ਇਸ ਸਹਿਜ ਸ਼ਬਦ ਨੂੰ ਫਿਜ਼ੀਕਲ ਕੰਮ ਨਾਲ ਵੀ ਜੋੜਨੇ ਹਾਂ। ਤੇਜ਼ੀ ਕਾਹਲੀ ਕੋਈ ਬੋਲੇ, ਅਸੀਂ ਸ਼ਬਦ ਕਹਿੰਦੇ ਹਾਂ ਸਹਿਜੇ ਸਹਿਜੇ ਬੋਲ, ਉੱਚੀ ਬੋਲੇ ਤਾਂ ਵੀ ਸ਼ਬਦ ਕਹਿੰਦੇ ਹਾਂ ਸਹਿਜ ਵਿੱਚ ਬੋਲ। ਕੋਈ ਰੋਟੀ ਪਾਣੀ ਖਾਂਦਾ ਹੋਵੇ, ਤੇਜ਼ੀ ਕਰੇ, ਆਪਾਂ ਕਹਿੰਦੇ ਹਾਂ ਸਹਿਜ ਨਾਲ ਪ੍ਰਸ਼ਾਦਾ ਪਾਣੀ ਛਕ ਲੈ। ਗੁਰਮੁਖੋ, ਇਸ ਸਹਿਜ ਦੇ ਅਰਥ ਇਹ ਨਹੀਂ ਜਿਹੜਾ ਗੁਰੂ ਅਮਰਦਾਸ ਨੇ ਘੋੜਾ ਕੀਤਾ। ਅਸਲ ਚ ਸਹਿਜ ਦਾ ਲਫ਼ਜ਼ੀ ਅਰਥ ਹੈ ਜੀ, ਇਹ ਸੱਸਾ ਹਾਹਾ ਤੇ ਜੱਜਾ ਹੈ। ਇਹਦੇ ਅੱਖਰੀ ਅਰਥ ਵਿਦਵਾਨ ਕਰਦੇ ਨੇ ਸਹਿ ਜਾ ਵੱਖਰਾ ਵੱਖਰਾ ਕਰਕੇ। ਸਹਿ ਦਾ ਅਰਥ ਹੈ ਨਾਲ, ਤੇ ਜੱਜੇ ਤੋਂ ਭਾਵ ਹੈ ਜਨਮਿਆ। ਸਹਿਜ ਦਾ ਅਰਥ ਹੈ ਜਿਹੜਾ ਸਾਡੇ ਜਨਮ ਦੇ ਨਾਲ ਆਇਆ, ਅੱਖਰੀ ਅਰਥ ਇਹ ਨੇ। ਉਂਝ ਗੁਰਬਾਣੀ ਵਿੱਚ ਸਹਿਜ ਦੇ ਅਰਥ ਨੀਵਾਂ ਬੋਲਣਾ, ਐਸਤਾ ਚੱਲਣਾ ਨਹੀਂ। ਸਹਿਜ ਇੱਕ ਆਤਮਕ ਉਹ ਅਵਸਥਾ ਹੈ ਜੀ, ਜਿਸ ਵਿੱਚ ਸਰੀਰਕ ਤੌਰ ਤੇ ਵਾਪਰਦੀ ਹਰ ਘਟਨਾ ਨੂੰ ਜਰ ਕੇ ਅੰਦਰ ਕਦੀ ਪਰਮਾਤਮਾ ਦੇ ਨਾਮ ਦਾ ਤੋਟਾ ਨਹੀਂ ਪੈਣ ਦਿੰਦਾ। ਬਾਣੀ ਚ ਬਚਨ ਹੁੰਦਾ ਹੈ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼। ਇਹਦਾ ਮਤਲਬ ਦਸਮ ਦੁਆਰ ਚ ਨਿਵਾਸ ਹੈ ਤੇ ਗੁਰਮੁਖ ਦੇ ਅੰਦਰ ਸਹਿਜ ਅਵਸਥਾ ਹੈ। ਹੁਣ ਇਸ ਗੱਲ ਨੂੰ ਗੁਰੂ ਸਾਹਿਬ ਨੇ ਫਿਰ ਖੋਲਿਆ ਬਾਣੀ ਚ ਕਿ ਗੁਰਮੁਖ ਅੰਤਰ ਸਹਿਜ ਹੈ, ਮਨ ਚੜਿਆ ਦਸਵੇਂ ਆਕਾਸ਼।
ਕੀ ਹੈ ਜੀ ਸਹਿਜ? ਤਿੱਥੇ ਊਂਗ ਨਾ ਭੁੱਖ ਹੈ, ਉੱਥੇ ਨਾ ਸਰੀਰਕ ਨੀਂਦ ਤੰਗ ਕਰਦੀ ਏ, ਨਾ ਭੁੱਖ ਤੰਗ ਕਰਦੀ ਏ, ਨਾ ਦੁੱਖ ਤੰਗ ਕਰਦਾ, ਨਾ ਸੁੱਖ ਪ੍ਰਭਾਵਿਤ ਕਰਦਾ। ਤਿੱਥੇ ਊਂਗ ਨਾ ਭੁੱਖ ਹੈ, ਉੱਥੇ ਕੀ ਹੈ? ਹਰ ਅੰਮ੍ਰਿਤ ਨਾਮ ਸੁਖਵਾਸ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਅਸਲ ਚ ਉਹ ਸਹਿਜ, ਬਰਬਾਬੀ ਸਾਹਿਬ ਕਹਿ ਰਹੇ ਨੇ ਗੁਰੂ ਕੇ, ਘੋੜਾ ਕੀਤੋ ਸਹਿਜ ਦਾ, ਸਹਿਜ ਅਵਸਥਾ ਦਾ ਘੋੜਾ ਹੈ। ਜਦ ਕਿ ਉਹ ਪਲਾਣ, ਇਹਦਾ ਮਤਲਬ ਘੋੜੇ ਤੇ ਚੜ੍ਹਨ ਲੱਗਿਆ ਅਸੀਂ ਕਾਠੀ ਦੇ ਥੱਲੇ ਜੀਨ ਪਾਉਂਦੇ ਹਾਂ। ਗੁਰੂ ਅਮਰਦਾਸ ਨੇ ਸੱਚਮੁੱਚ ਆਪਣੀ ਇੰਦਰੀਆਂ ਉੱਤੇ ਇੰਨਾ ਨਿਰੰਤਰ ਕਰ ਲਿਆ ਕਿ ਉਹਨਾਂ ਨੇ ਜਤ ਅਵਸਥਾ ਨੂੰ ਇਸ ਸਹਿਜ ਦੇ ਘੋੜੇ ਦੇ ਉੱਤੇ, ਕਾਠੀ ਦੇ ਉੱਤੇ ਪਲਾਣ ਪਾਇਆ ਹੈ। ਜਦ ਕਿ ਉਹ ਪਲਾਣ ਧਨਕ ਚੜਾਇਓ ਸੱਤ ਦਾ, ਉਹਨਾਂ ਨੇ ਜਿਹੜੀ ਕਮਾਨ ਪਕੜੀ ਹੈ ਜੀ, ਉਹ ਸੱਚ ਦੀ ਸਿਮਰਨ ਦੀ ਪਕੜੀ ਹੈ, ਵਾਹਿਗੁਰੂ ਦੀ। ਜਸ ਹੰਦਾ ਬਾਣ, ਸੱਚ ਦੀ ਕਮਾਨ ਦੇ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਦਾ ਤੀਰ ਪਾਇਆ ਹੋਇਆ ਹੈ। ਘੋੜਾ ਕੀਤੋ ਸਹਿਜ ਦਾ, ਜਦ ਕਿ ਉਹ ਪਲਾਣ ਧਨਕ ਚੜਾਇਓ ਸੱਤ, ਜਸ ਹੰਦਾ ਬਾਣ। ਕਲ ਵਿੱਚ ਤੂੰ ਅੰਧਾਰ ਸਾ, ਇਸ ਕਲਯੁਗ ਵਿੱਚ ਕੋਰ ਹਨੇਰਾ, ਕੁੱਪ ਹਨੇਰਾ, ਤੇ ਗੁਰੂ ਅਮਰਦਾਸ ਇਸ ਤਰ੍ਹਾਂ ਪ੍ਰਗਟ ਹੋਵੇ ਜਿਵੇਂ ਚਮਕਦਾ ਹੋਇਆ ਸੂਰਜ ਆਕਾਸ਼ ਚੋਂ ਨਿਕਲਦਾ। ਕਲ ਵਿੱਚ ਧੂਹ ਅੰਧਾਰ ਸਾ, ਚੜਿਆ ਰਹਿ ਪਹਾਣ, ਸੱਤੋ ਖੇਤ ਜਮਾਇਓ, ਸੱਤੋ ਸ਼ਾਵਾਨ, ਨੇਤਰ ਸੋਈ ਤੇਰੀ ਹੈ ਘਿਓ ਮੈਦਾ ਖਾਣ। ਸੱਚ ਦੀ ਛਾਂ ਕੀਤੀ, ਸੱਚ ਦਾ ਖੇਤ ਜਮਾਇਆ, ਤੇ ਦਾਤਾ ਤੇਰੀ ਰਸੋਈ ਵਿੱਚ, ਤੇਰੇ ਲੰਗਰ ਵਿੱਚ ਰੋਜ਼ ਜਿਹੜੀਆਂ ਚੀਜ਼ਾਂ ਬਣਦੀਆਂ ਨੇ, ਘਿਓ ਮੈਦਾ, ਤੇ ਤੀਸਰਾ ਸ਼ਬਦ ਹੈ ਖਾਣ। ਇਸ ਖਾਣ ਦਾ ਅਰਥ ਖਾਣਾ ਨਹੀਂ ਕਰਨਾ, ਆਪਾਂ ਕਰਨੇ ਹਾਂ ਖਾਣਾ ਪੀਣਾ। ਇੱਥੇ ਖਾਣ ਦਾ ਲਫ਼ਜ਼ੀ ਅਰਥ ਹੈ ਖੰਡ। ਆਪ ਜੀ ਦੇ ਲੰਗਰ ਵਿੱਚ ਘਿਓ ਮੈਦਾ ਤੇ ਖੰਡ ਦੀ ਵਰਤੋਂ ਹੁੰਦੀ ਹੈ, ਘਿਓ ਮੈਦਾ ਖਾਣ। ਗੁਰੂ ਅਮਰਦਾਸ ਮਹਾਰਾਜ ਜੀ ਨੇ 17 ਰਾਗਾਂ ਚ ਬਾਣੀ ਉਚਾਰਨ ਕੀਤੀ, ਸਿਰਫ ਇਸ ਕਰਕੇ ਮੈਨੂੰ ਪਤਾ ਭਾਈ ਸਾਹਿਬ ਕਥਾ ਕਰ ਗਿਆ, ਪਰ ਮੈਂ ਚਾਹੁੰਦਾ ਕਿ ਗੁਰੂ ਅਮਰਦਾਸ ਦੇ ਚਰਨਾਂ ਚ ਮੈਂ ਸਿਰਫ 4 ਸ਼ਬਦ ਬੋਲ ਕੇ ਹਾਜ਼ਰੀ ਲਵਾ ਸਕਾਂ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਉਹਨਾਂ ਨੇ ਤਕਰੀਬਨ 72 ਸਾਲ ਦੀ ਆਰਬਲਾ ਚ ਗੁਰੂ ਬਣੇ ਆ, ਤੇ 94 ਸਾਲ ਤੱਕ, ਕੁਛ ਵਿਦਵਾਨ ਨੂੰ 100 ਤੋਂ ਵੱਧ ਵੀ ਲਿਜਾਂਦੇ ਨੇ, ਮਹਾਰਾਜ ਗੁਰਤਾ ਗੱਦੀ ਤੇ ਅਸੀਨ ਰਹੇ ਆ। ਗੁਰੂ ਅਮਰਦਾਸ ਜੀ ਨੇ ਅੰਤਲਾ ਸਮਾਂ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਇਆ ਹੈ, ਤੇ ਮੇਰਾ ਖਿਆਲ ਗੁਰੂ ਅਮਰਦਾਸ ਜੀ ਦਾ ਉਹ ਵਸੀਅਤਨਾਮਾ, ਸ਼ਬਦ ਵਸੀਅਤਨਾਮਾ ਚਲੋ ਮੈਂ ਵਰਤ ਰਿਹਾ ਹੈ, ਜੋ ਅੰਤਲੇ ਸਮੇਂ ਉਹਨਾਂ ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕੀਤੇ, ਉਹਨੂੰ ਬਾਬਾ ਸੁੰਦਰ ਜੀ ਨੇ ਰਾਮ ਕਲੀ ਰਾਗ ਵਿੱਚ ਦਰਜ ਕੀਤਾ ਹੈ, ਜਿਸ ਦੀ ਕਥਾ ਆਪਾਂ ਕਰ ਚੁੱਕੇ ਹਾਂ ਇਸ ਸਥਾਨ ਤੇ, ਆਪ ਨੂੰ ਪਤਾ ਹੋਣਾ, ਕੁਝ ਸਾਲ ਪਹਿਲਾਂ ਕੀਤੀ ਸੀ। ਉਹ ਹੈ ਰਾਮ ਕਲੀ ਸੱਦ, ਇੱਕ ਓਵੰਕਾਰ, ਸਤਿਗੁਰ ਪ੍ਰਸਾਦ। ਸੱਦ ਦੇ ਦੋ ਸ਼ਬਦ ਨੇ, ਅਰਥ ਨੇ ਜੀ। ਇੱਕ ਤਾਂ ਸੱਦ ਦਾ ਅਰਥ ਹੈ ਪਰਮਾਤਮਾ ਵੱਲੋਂ ਆਇਆ ਹੋਇਆ ਸੱਦਾ, ਜਿਹਨੂੰ ਬਾਣੀ ਅਸੀਂ ਸ਼ਬਦ ਵਰਤਨੇ ਆ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਇੱਕ ਸੱਦੇ ਦਾ ਅਰਥ ਬਾਣੀ ਚ ਹੈ ਨਾਮ ਜਪਣ ਵਾਸਤੇ ਆਵਾਜ਼ਾਂ ਪੈਣੀਆਂ, ਉੱਥੇ ਵੀ ਸੱਦਾ ਹੈ, ਪਿੱਛੋਂ ਰਾਤੀ ਸੱਦੜਾ ਨਾਮ ਖਸਮ ਕਾ ਲੈ। ਇੱਕ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਦੀ ਆਵਾਜ਼ ਪੈਣੀ, ਤੇਰਾ ਸੱਦੜਾ ਸੁਣੀਜੈ ਭਾਈ ਜੇ ਕੋ ਬਹਿ ਅਲਾਏ। ਸੱਦ ਦਾ ਅਰਥ ਆਵਾਜ਼, ਸੱਦ ਦਾ ਅਰਥ ਮੌਤ ਦਾ ਸੱਦਾ, ਸੱਦ ਦਾ ਅਰਥ ਤੇ ਸ਼ਬਦ ਬੋਲਣੇ, ਪਰ ਇੱਕ ਇਹ ਸੱਦ ਦੇ ਅਰਥ ਇਹ ਵੀ ਕਰਦੇ ਆ ਕਿ ਇਸ ਵਿੱਚ ਇਸ ਸੱਦ ਨੂੰ ਇੱਕ ਹੇਕ ਹੈ ਜੀ, ਪੰਜਾਬ ਦੀ ਸੱਦ ਇੱਕ ਤਰਜ ਹੈ ਕਿ ਇਸ ਨੂੰ ਉਸ ਤਰਜ ਵਿੱਚ ਗਾਇਓ ਕਿ ਜਿਵੇਂ ਸੱਚ ਇਹ ਵੇ ਕਿਰਸਾਨ ਬੰਦੇ ਆਪਣੇ ਖੇਤਾਂ ਵਿੱਚ ਖਲੋਤੇ, ਇੱਕ ਕੰਨ ਤੇ ਹੱਥ ਰੱਖ, ਦੂਸਰੇ ਹੱਥ ਨੂੰ ਉਪਰੇ ਚੁੱਕ ਕੇ ਉੱਚੀ ਸਾਰੀ ਸੱਦ ਲਾਉਂਦੇ ਨੇ, ਇਹਨੂੰ ਸੱਦ ਦੀ ਤਰਜ ਵਿੱਚ ਗਾਇਆ ਜੇ। ਸੱਦ ਦਰਅਸਲ ਇੱਕ ਤਰਜ ਹੈ, ਥੋੜਾ ਜਿਹਾ ਅਸੀਂ ਦੇਖ ਲਈਏ ਮਹਾਰਾਜ ਜੀ ਨੇ ਕੀ ਕਿਹਾ। ਸ਼ਬਦ 6 ਪਦੇ ਨੇ,
जग दाता सोए भगत बचल त्यो लोए जियो गुर शब्द समावे अवर न जाने कोए जियो अवरो न जाने शब्द गुर कह एक नाम त्यावे प्रसाद नान गुरु अंगद परम पदवी पावे आया हकारा चलन वाला हर राम नाम समाया जग अमर अटल अतोल ठाकुर भगत ते हर पाया हर पाणा गुर पाया गुर जावे हर प्रपास जियो सत गुरु करे हर पै बेनती मेरी पैज रखो अरदास जियो पैज रखो हर जने केरी कर दियो नाम निरंजनो अंत चल दिया होए बेली जमदूत काल निखंजनो सत गुरु की बेनती पाई हर प्रभ सुनी अरदास जियो हर तार कृपा सत गुरु मिलाया धन धन कहे साबा जियो मेरे सिख सुनो पुत भाईओ मेरा हर भाणा आओ मैं पास जियो हर भाणा गुर पाया मेरा हर प्रभ करे साबा जियो माशा शब्द वरदे ਇਹਦੇ ਵਿੱਚ ਇੱਕ ਬਚਨ ਕਿਹਾ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਭਾਵੈ ਸ਼ਬਦ ਬੈਸੋ ਮੈਂ ਸਿਰਫ ਪਿੱਛੋਂ ਤੁਗਾ ਲਾਂਗਾ ਸਾਰਾ ਨਹੀਂ ਸੁਣਾਉਂਦਾ ਕਹਿੰਦੇ ਨੇ ਭਗਤ ਵੀ ਹੋਵੇ ਸਤਿਗੁਰੂ ਵੀ ਹੋਵੇ ਤੇ ਮਹਾਂਪੁਰਸ਼ ਵੀ ਉਹਨੂੰ ਕਹੋ ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ ਭਗਤ ਸਤਿਗੁਰ ਪੁਰਖ ਪੁਰਖ ਦਰ ਤੇ ਮਹਾਂਪੁਰਖ ਇੱਥੇ ਪੁਰਖ ਦਰ ਕਰਤਾ ਪੁਰਖ ਨੇ ਭਗਤ ਉਹਨੂੰ ਕਹੋ ਸਤ ਗੁਰੂ ਉਹ ਹੈ ਤੇ ਮਹਾਂਪੁਰਸ਼ ਹੋਵੇ ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ ਆਨੰਦ ਅਨੰਦ ਵਜੇ ਵਾਜੇ ਹਰ ਆਪ ਗੱਲ ਮਿਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਦੇਖੋ ਤੁਰ ਲਿਖਿਆ ਪਰਵਾਣਾ ਫਿਰੈ ਨਾਹੀਂ ਗੁਰ ਜਾਵੇ ਹਰ ਪ੍ਰਭ ਪਾਸ ਜੀਓ ਅਗਲੇ ਬਚਨ ਸਤਿਗੁਰ ਭਾਣਾ ਆਪਣੇ ਬਹਿ ਪਰਿਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਭਾਈ ਸਾਹਿਬ ਨੂੰ ਸੁਣਾਇਆ ਹੋਣਾ ਆਪ ਜੀ ਨੂੰ ਕਿ ਮੇਰੇ ਪਿੱਛੇ ਤੋਂ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਰੋਣਾ ਨਹੀਂ ਬਿਲਕੁਲ ਨਹੀਂ ਪੁੱਤਰ ਵੀ ਸੱਦੇ ਭਰਾ ਵੀ ਮੇਰੇ ਸਿੱਖ ਸੁਣੋ ਪੁੱਤ ਭਾਈਓ ਮੇਰਾ ਹਰਪਣ ਮੇਰਾ ਹਰ ਭਾਣਾ ਆਓ ਮੈਂ ਪਾਸ ਜੀ ਉਹ ਸ਼ਬਦ ਵਰਤਿਆ ਉੱਥੇ ਫਿਰ ਕਿਹਾ ਵੀ ਮੇਰੇ ਪਿੱਛੋਂ ਕਿਸੇ ਨੇ ਰੋਣਾ ਨਹੀਂ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਤੇ ਨਾਲ ਮਹਾਰਾਜ ਕਹਿੰਦੇ ਕਿਉਂ ਨਹੀਂ ਰੋਣਾ ਇਸ ਬੇਨਤੀ ਨੂੰ ਸੁਣੋ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਪਾਵੈ ਚੋਲਾ ਛੱਡਣ ਤੋਂ ਪਹਿਲਾਂ ਮਹਾਰਾਜ ਕਹਿੰਦੇ ਆ ਇਸ ਕਰਕੇ ਨਹੀਂ ਰੋਣਾ ਮਿਤ ਦਾ ਲਫ਼ਜ਼ੀ ਅਰਥ ਹੈ ਜੀ ਮਿੱਤਰ ਪੈਜੈ ਦਾ ਲਫ਼ਜ਼ੀ ਅਰਥ ਵੈਸੇ ਪੈਜ ਦਾ ਅਰਥ ਇੱਜ਼ਤ ਵੀ ਆਉਂਦਾ ਇੱਥੇ ਪੈਜੈ ਦਾ ਅਰਥ ਹੈ ਪਹਿਨਣਾ ਇਹਨੂੰ ਸਰੋਪਾ ਕਹੋ ਕਹਿੰਦੇ ਇੱਕ ਮਿੱਤਰ ਨੂੰ ਸਰਪਾਓ ਮਿਲੇ ਇੱਜ਼ਤ ਮਿਲੇ ਇਨਾਮ ਮਿਲੇ ਅਵਾਰਡ ਮਿਲੇ ਮਿਤ ਬਿਗਸੈ ਜਿਹੜਾ ਮਿੱਤਰ ਮਿੱਤਰ ਨੂੰ ਪਿਆਰ ਕਰਦਾ ਹੈ ਉਹ ਆਪਣੇ ਮਿੱਤਰ ਨੂੰ ਮਿਲਦਾ ਹੋਇਆ ਸਰੋਪਾ ਮਿਲਦਾ ਹੋਇਆ ਅਵਾਰਡ ਮਿਲਦੀ ਹੋਈ ਇੱਜ਼ਤ ਮਿਲਦਾ ਹੋਇਆ ਮਾਨ ਦੇਖ ਕੇ ਕਦੀ ਜੈਲਸ ਨਹੀਂ ਕਰਦਾ ਕਦੀ ਦੁੱਖ ਕਰਕੇ ਰੋਂਦਾ ਨਹੀਂ ਇਸੇ ਤਰ੍ਹਾਂ ਗੁਰਸਿੱਖੋ ਪੁੱਤਰੋ ਭਰਾਵੋ ਮੈਨੂੰ ਅਕਾਲ ਪੁਰਖ ਅੱਜ ਸਰੋਪਾ ਪਾਉਂਦਾ ਪਿਆ ਮੇਰੇ ਜਾਨ ਲੱਗਿਆ ਰੋਇਓ ਨਾ ਉਹਦਾ ਸ਼ੁਕਰਾਨਾ ਕਰਿਆ ਜੇ ਮਹਾਰਾਜ ਸ਼ਬਦ ਵਰਤਿਆ ਮਿਤ ਪੈਜੈ ਇਹਦਾ ਮਤਲਬ ਇੱਕ ਮਿੱਤਰ ਨੂੰ ਸਰੋਪਾ ਮਿਲ ਰਿਹਾ ਮਿਤ ਬਿਗਸੈ ਦੂਜੇ ਮਿੱਤਰ ਨੂੰ ਬਿਗਸੈ ਦਰ ਤੇ ਖੁਸ਼ ਹੋਣਾ ਚਾਹੀਦਾ ਮਿਤ ਪੈਜੈ ਮਿਤ ਬਿਗਸੈ ਪਰ ਕੌਣ ਖੁਸ਼ ਹੋਵੇਗਾ ਜਿਸ ਮਿਤ ਕੀ ਪੈਜ ਭਾਵੈ ਜਿਹਨੂੰ ਮਿੱਤਰ ਦੀ ਇੱਜ਼ਤ ਚੰਗੀ ਲੱਗੇ ਜਿਹਨੂੰ ਮਿੱਤਰ ਦਾ ਰੁਤਬਾ ਚੰਗਾ ਲੱਗੇ ਜਿਸ ਮਿਤ ਕੀ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪਹਿਨਾਵੇ ਮਹਾਰਾਜ ਨੇ ਸ਼ਬਦ ਵਰਤੇ ਅੰਤੇ ਸਤਿਗੁਰੂ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਵਾਸ਼ਨਾ ਤੋਂ ਰਹਿਤ ਕੀਰਤਨ ਕਰਿਓ ਨਿਰਵਾਣ ਕੀਰਤਨ ਮੈਂ ਬੇਨਤੀ ਕਰਨਾ ਹੁਣ ਉਸ ਦਿਨ ਵੀ ਕਿਹਾ ਸੀ ਜਦੋਂ ਵੀ ਕੋਈ ਪ੍ਰਾਣੀ ਜਾਣਾ ਸਾਰਿਆਂ ਨੇ ਘਰਾਂ ਚੋਖ ਹੈ ਕਿਸੇ ਟਿਕੇ ਨਹੀਂ ਰਹਿਣਾ ਸੱਚ ਇਵੇਂ ਪ੍ਰਾਣੀ ਤੋਂ ਬਾਅਦ ਜਿੰਨਾ ਕੀਰਤਨ ਪਾਠ ਬਾਣੀ ਕਰਾਂਗੇ ਹੁਣ ਜੇ ਕਹੀ ਜੋ ਉਹਨੇ ਸਾਰੀ ਜ਼ਿੰਦਗੀ ਬਾਣੀ ਨਹੀਂ ਪੜ੍ਹੀ ਹੁਣ ਕੀ ਫਾਇਦਾ ਇਹ ਗੱਲ ਚੇਤੇ ਰੱਖਿਓ ਜਦੋਂ ਬੰਦਾ ਸਰੀਰ ਛੱਡਦਾ ਫਿਜ਼ੀਕਲ ਤੌਰ ਤੇ ਕੁਛ ਨਹੀਂ ਅੱਗੇ ਪੜਦਾ ਨਾ ਕੱਪੜੇ ਨਾ ਜੁੱਤੀਆਂ ਨਾ ਜੋ ਕੁਝ ਗੁਰਦੁਆਰੇ ਦਿੰਦੇ ਆ ਭਾਂਡੇ ਚਿਮਚੇ ਐਨਕਾਂ ਕੁਛ ਨਹੀਂ ਜਾਣੀਆਂ ਬਾਪੂ ਨਾਲ ਜੇ ਉਹਦੇ ਲਈ ਬੰਦਗੀ ਕਰਕੇ ਅਰਦਾਸ ਕਰੋਗੇ ਉਹ ਤਾਂ ਭਲਾ ਜ਼ਰੂਰ ਹੋਵੇਗਾ ਸਿਮਰਨ ਕਰਕੇ ਅਰਦਾਸ ਕਰੋਗੇ ਜ਼ਰੂਰ ਪਹੁੰਚੇਗੀ ਜੀ ਇੱਥੇ ਫਿਰ ਮੈਂ ਬੇਨਤੀ ਕਰਾਂ ਕਿ ਆਪਣੇ ਮਨ ਚ ਆਵੇਗਾ ਜੀ ਇਹ ਕਿਵੇਂ ਪਹੁੰਚੇਗੀ ਉਹ ਤੇ ਮਰ ਗਿਆ ਨਹੀਂ ਗੁਰਮੁਖੋ ਜੇ ਭਾਈ ਸਾਹਿਬ ਇੱਥੇ ਜਦੋਂ ਫਿਊਨਲ ਹੁੰਦਾ
ਗ੍ਰੰਥੀ ਸਾਹਿਬ ਕੀ ਕਹਿੰਦੇ ਨੇ ਜੀ? ਹੇ ਸੱਚੇ ਪਾਤਸ਼ਾਹ, ਜੇ ਪਰਿਵਾਰ ਇਕੱਠਾ ਹੋਇਆ, ਵਿਛੜੀ ਰੂਹ ਨੂੰ ਆਪਣੇ ਚਰਨਾਂ ਚ ਥਾਂ ਦਈ। ਅਗਲਾ ਪੁੱਛ ਸਕਦਾ ਵੀ ਉੱਥੇ ਤੇ ਕੁਝ ਅੱਪੜਦਾ ਨੀ, ਤੁਸੀਂ ਕਿਉਂ ਕਹੀ ਜਾਂਦੇ ਹੋ? ਜੇ ਇੱਕ ਗ੍ਰੰਥੀ ਸਾਹਿਬ ਦੇ ਬੋਲੇ ਕੋਈ ਸ਼ਬਦ ਭਰੋਸਾ ਕਰਨੇ ਆ, ਭਰੋਸਾ ਕਰਕੇ ਕਹਿੰਦੇ ਵੀ ਉਹਦੀ ਸੁਣੀ ਜਾਣੀ, ਇਹਨੂੰ ਚਰਨਾਂ ਚ ਥਾਂ ਦਈ। ਜੇ ਬੰਦੇ ਦੇ ਰੱਬ ਲਈ ਬੋਲੇ ਕੋਈ ਵਾਰਤਕ ਸ਼ਬਦ ਪਹੁੰਚ ਗਿਆ, ਤੇ ਜਿਹੜਾ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕਰੇਗਾ, ਰੂਹ ਦਾ ਭਲਾ ਕਿਉਂ ਨਹੀਂ ਹੋਵੇਗਾ? ਜੇ ਸ਼ਬਦ ਪਹੁੰਚਦੇ ਨੇ, ਜੇ ਕਿ ਆਪਣਾ ਤਾਂ ਵਿਸ਼ਵਾਸ ਹੈ। ਮੈਂ ਤਾਂ ਜੇ ਸ਼ਬਦ ਵਰਤਿਆ, ਕਈ ਵਾਰੀ ਭਰੋਸਾ ਨਹੀਂ, ਅੰਤੇ ਸਤਿਗੁਰੂ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇਹ ਮੈਂ ਤਾਂ ਲਿਆ ਅੱਜ ਥੋੜਾ ਜਿਹਾ, ਹਾਲਾਂ ਦੀ ਕਥਾ ਮੈਨੂੰ ਪਤਾ, ਆਪਾਂ ਡਿਟੇਲ ਨਾਲ ਕੀਤੀ। ਇਹ ਕੇਸੋ ਤੇ ਗੋਪਾਲ ਦੋ ਸ਼ਬਦ ਨੇ। ਕਈਆਂ ਨੇ ਕਹਿ ਦਿੱਤਾ ਜੀ, ਮਹਾਰਾਜ ਨੇ ਕਿਹਾ ਕੇਸੋ ਗੋਪਾਲ ਪੰਡਿਤ ਨੂੰ ਸੱਦਿਆ ਜੇ, ਤੁਸੀਂ ਗੁਰੂ ਅਮਰਦਾਸ ਦੇ ਪੂਰੇ ਸਿੱਖਾਂ ਦਾ, ਈਵਨ ਕਿ ਗੋਇੰਦਵਾਲ ਦੇ ਵਿੱਚ ਕੇਸੋ ਗੋਪਾਲ ਨਾਂ ਦਾ ਪੰਡਿਤ ਕੋਈ ਰਹਿੰਦਾ ਹੀ ਨਹੀਂ। ਇਹ ਕੀ ਹੈ ਸ਼ਬਦ ਕੇਸੋ? ਆਪ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੋਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਕੇਸੋ ਸ਼ਬਦ ਜ਼ਿਆਦਾਤਰ ਜਿਹੜਾ ਉਹ ਪਰਮਾਤਮਾ ਲਈ ਵਰਤਿਆ ਹੈ। ਕਬੀਰ ਕੇਸੋ ਕੇਸੋ ਕੋ ਕੀ ਹੈ, ਉੱਥੇ ਪੰਡਿਤ ਥੋੜਾ। ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸਵਾ, ਭਗਤ ਨਾਮਦੇਵ ਜੀ ਕਹਿੰਦੇ ਆ। ਕੇਸੋ ਦਾ ਅਰਥ ਜਿਹਦੇ ਕੇਸ ਬੜੇ ਸੋਹਣੇ ਨੇ, ਜਿਹਨੂੰ ਬਾਬਾ ਜੀ ਨੇ ਇੱਕ ਸ਼ਬਦ ਵਰਤਿਆ, ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਇਹ ਕੇਸੋ ਹੈ। ਕੇਸੋ ਦਾ ਅਰਥ ਪਰਮਾਤਮਾ। ਗੋਪਾਲ, ਗੋਪਾਲ ਦਾ ਅਰਥ ਧਰਤੀ ਦੀ ਪਾਲਣਾ ਕਰਨ ਵਾਲਾ। ਹੁਣ ਅਗਲਾ ਸਵਾਲ ਉੱਠੇਗਾ ਜੀ, ਫਿਰ ਪੰਡਿਤ ਕਿਉਂ ਆਇਆ? ਕੇਸੋ ਗੋਪਾਲ ਪੰਡਿਤ, ਆਪ ਜਦੋਂ ਪਾਠ ਕਰੋਗੇ ਉੱਥੇ ਪੰਡਿਤ ਦਾ ਤੱਤਾ ਮੁਕਤਾ ਹੈ। ਜੇ ਇੱਕ ਬੰਦੇ ਲਈ ਹੁੰਦਾ ਥੱਲੇ ਔਂਕੜ ਹੋਣੀ ਸੀ। ਬਾਣੀ ਚ ਹੈ ਪੰਡਿਤ, ਕੇਸੋ ਗੋਪਾਲ ਪੰਡਿਤ ਸੱਦਿਓ, ਪਰ ਸਾਨੂੰ ਫਿਰ ਬਾਣੀ ਚ ਟੁੱਬੀ ਮਾਰਨੀ ਪੈਗੀ ਜੀ, ਕਿਹੜਾ ਪੰਡਿਤ? ਉਹਨੂੰ ਫਿਰ ਬਾਬਾ ਜੀ ਕਹਿੰਦੇ, ਸੋ ਪੰਡਿਤ ਜੋ ਮਨ ਪ੍ਰਬੋਧ ਹੈ, ਰਾਮ ਨਾਮ ਆਤਮ ਮੈਂ ਸੋਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੈ। ਇੱਥੇ ਪੰਡਿਤ ਦਾ ਅਰਥ ਬੋਧੀ ਨਹੀਂ। ਗੁਰਮੁਖੋ, ਸੱਚ ਇਹ ਵੀ ਜਿਹਦੇ ਅੰਦਰ ਨਾਮ ਸਿਮਰਨ ਚੱਲਦਾ, ਉਹ ਦਾੜੇ ਪ੍ਰਕਾਸ਼ ਵਾਲਾ ਵੀ ਪੰਡਿਤ ਹੈ। ਇਹਨੂੰ ਕਮਿਊਨਿਟੀ ਨਾਲ ਜੋੜ ਕੇ ਬਾਹਮਣ ਨਹੀਂ ਮੈਂ ਕਹਿ ਰਿਹਾ, ਪੰਡਿਤ ਦਾ ਅਰਥ ਵੈਸੇ ਵਿਦਵਾਨ ਹੁੰਦਾ ਜੀ। ਉਂਝ ਮੇਰੀ ਬੇਨਤੀ ਹੈ, ਇੱਥੇ ਇਹ ਕੇਸੋ ਗੋਪਾਲ ਪੰਡਿਤ ਸੱਦਿਓ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਗੁਰਸਿੱਖਾਂ ਨੂੰ, ਗੁਰਮੁਖਾਂ ਨੂੰ ਸੱਦਿਓ। ਕੀ ਕਰਨ? ਅੱਗੇ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਇਹ ਤਾਂ ਮੈਂ ਜਾਣ ਕੇ ਲਏ ਦੋ ਸ਼ਬਦ। ਹੁਣ ਜਦੋਂ ਪੁਰਾਣ ਆ ਗਿਆ ਤੇ ਕਹਿਣਗੇ ਜੀ, ਮਹਾਰਾਜ ਤੇ ਕਿਹਾ ਪੁਰਾਣ ਦਾ ਪਾਠ ਕਰੋ। ਯਾਦ ਰੱਖਿਓ, 18 ਪੁਰਾਣ ਨੇ, ਹਰ ਹਰ ਪੁਰਾਣ ਤੇ ਹੈ ਹੀ ਕੋਈ ਨਹੀਂ। ਜਿਹੜੀ ਮਰਨ ਲੱਗਿਆਂ ਕਥਾ ਕੀਤੀ ਜਾਂਦੀ ਉਹ ਗਰੁੜ ਪੁਰਾਣ ਦੀ ਹੁੰਦੀ ਹੈ। ਉੱਥੇ ਗਰੁੜ ਪੁਰਾਣ ਲਿਖਿਆ, ਉੱਥੇ ਹੈ ਕਿ ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਹਰ ਦਾ ਅਰਥ ਹੈ ਖਰੀ ਦੀ, ਪਰਮਾਤਮਾ ਦੀ। ਤੁਸੀਂ ਰੱਬ ਦੀ ਕਥਾ ਕਰਿਓ, ਲੋਕ ਪੁਰਾਣ ਪੜ੍ਹਦੇ ਨੇ, ਮੇਰੇ ਵਾਸਤੇ ਖਰੀ ਦੀ ਕਥਾ ਹੀ ਪੁਰਾਣ ਹੈ। ਗਰੁੜ ਪੁਰਾਣ ਸ਼ਬਦ ਨਹੀਂ ਵਰਤਿਆ। ਕੇਸੋ ਗੋਪਾਲ ਪੰਡਿਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਗੁਰ ਭਾਵੈ। ਕਈਆਂ ਹਰ ਰੰਗ ਦਾ ਅਰਥ ਕੀਤਾ ਹਰੇ ਰੰਗ ਦਾ ਬਿਬਾਨ ਕੱਢਿਓ, ਜਿਵੇਂ ਲੋਕਾਂ ਦੇ ਮਨ ਚ ਆ ਗਿਆ। ਹਰੀ ਦੀ ਕਥਾ ਸੁਣੋ, ਹਰੀ ਦੀ ਕਥਾ ਨੂੰ ਪੜ੍ਹੋ, ਬੇਬਾਣ ਹਰ ਰੰਗ ਗੁਰ ਭਾਵੈ। ਗੁਰੂ ਨੂੰ ਪਰਮਾਤਮਾ ਦਾ ਰੰਗ, ਗੁਰੂ ਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ। ਵੈਸੇ ਯਾਦ ਰੱਖਿਓ, ਰੰਗ ਦਾ ਅਰਥ ਪਰਮਾਤਮਾ ਦਾ ਭਾਣਾ ਵੀ ਹੈ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ। ਕਹਿੰਦੇ ਬੇਬਾਣ ਇਹੀ ਹੈ, ਮੈਨੂੰ ਰੱਬ ਦਾ ਭਾਣਾ ਚੰਗਾ ਲੱਗਦਾ ਹੈ। ਹਰ ਕਥਾ ਪੜ੍ਹੀਏ, ਹਰ ਨਾਮ ਸੁਣੀਏ, ਬੇਬਾਣ ਹਰ ਰੰਗ ਭਾਵੈ। ਪਿੰਡ ਪੱਤਲ ਕਿਰਿਆ ਫੁੱਲ ਅਸਾਰਾ, ਮਹਾਰਾਜ ਕਹਿੰਦੇ ਨੇ ਇਹ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਭਾਵੈ। ਹੁਣ ਇੱਥੇ ਸਵਾਲ ਉੱਠੇਗਾ ਜੀ, ਇਹਦਾ ਮਤਲਬ ਪਿੰਡ ਭਰੀਏ? ਪੱਤਲ ਪਿੰਡ ਭਰਨੇ ਚਾਹੀਦੇ ਨੇ, ਫੁੱਲਾਂ ਦਾ ਜ਼ਿਕਰ ਆਇਆ। ਤੇ ਮੈਂ ਇੱਕ ਬੇਨਤੀ ਕਰਾਂਗਾ, ਉੱਥੇ ਹਰ ਸਰ ਸ਼ਬਦ ਵਰਤਿਆ ਹੈ। ਗੁਰਮੁਖੋ, ਇਹਦੇ ਅਰਥ ਵਿਦਵਾਨ ਇਹੀ ਕਰਦੇ ਨੇ ਕਿ ਤੁਸੀਂ ਪਰਮਾਤਮਾ ਦੀ ਇਬਾਦਤ ਕਰੋ, ਸੰਗਤ ਦਾ ਅਰਥ ਹਰ ਸਰ।
ਮੇਰੇ ਵਾਸਤੇ ਫੁੱਲ ਪਾਉਣੇ, ਕਿਰਿਆ ਕਰਨੀ, ਦੀਵੇ ਬਾਲਣੇ, ਸਭ ਕੁਝ ਇਹ ਤੁਸੀਂ ਸੰਗਤ ਵਿੱਚ ਬੈਠ ਕੇ ਪਰਮਾਤਮਾ ਦੀ ਕਥਾ ਕਰਿਓ। ਹੁਣ ਆਪਣਾ ਵੀ ਇੱਥੇ ਹੁੰਦਾ ਨਾ ਜੀ, ਫੁੱਲ ਲੈ ਜਾਈਏ ਕਿ ਨਾ ਇੰਡੀਆ, ਹਾਂਜੀ ਕੋਈ ਕੀਰਤਪੁਰ ਕਹਿੰਦਾ ਲੈ ਜਾਇਓ ਕਿ ਹੁਣ ਤਾਂ ਵੈਸੇ ਜੀ ਸਾਡੇ ਲੁਧਿਆਣੇ ਕਟਾਣਾ ਸਾਹਿਬ ਸਾਰੇ ਪਾਉਂਦੇ ਆ, ਗੋਇੰਦਵਾਲ ਸਾਹਿਬ ਬਾਬਾ ਖੜਕ ਸਿੰਘ ਉਹਨਾਂ ਨੇ ਉਹ ਬਣਾਇਆ ਜੀ, ਬਰਿਆਸ ਦਰਿਆ ਉੱਤੇ ਪਾਉਂਦੇ ਆ। ਇਸ ਭਰਮ ਨੂੰ ਮਨ ਚ ਕੱਢ ਦਿਓ ਕਿ ਜਦੋਂ ਪ੍ਰਾਣੀ ਚੜਾਈ ਕਰ ਗਿਆ ਤੁਹਾਡੀ ਮਰਜ਼ੀ ਚੁਣਨਾ ਚੁਣੋ। ਉਂਜ ਵੈਸੇ ਸਿੱਖ ਰਹਿਤ ਮਰਿਆਦਾ ਕਹਿੰਦੀ ਏ ਪੂਰੇ ਦੇ ਪੂਰੇ ਅੰਗੇਠੇ ਨੂੰ ਹੀ ਸਮੇਟ ਲੈਣਾ ਚਾਹੀਦਾ। ਅਸਤ ਯੁਗਨ ਦਾ ਜ਼ਿਕਰ ਨਹੀਂ ਉੱਥੇ, ਪੂਰੇ ਪੂਰੇ ਅੰਗੀਠੇ ਨੂੰ ਸਮੇਤ ਸਵਾਹ ਦੇ, ਨੇੜੇ ਜਿਹੜਾ ਪਾਣੀ ਪੱਗਦਾ ਉਹ ਚ ਪ੍ਰਵਾਹ ਕਰ ਦਿਓ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ ਜੀ, ਕਹੋ ਜੀ ਹੁਣ ਇੱਥੋਂ ਟਿਕਟ ਲੈ ਕੇ, ਦੋ ਟਿਕਟਾਂ ਲੈਣੀਆਂ ਨੇ, ਇੱਕ ਆਪਣੀ ਇੱਕ ਫੁੱਲਾਂ ਵਾਲੇ ਦੀ, ਫਿਰ ਅਸੀਂ ਇੰਡੀਆ ਲੈ ਕੇ ਜਾਣਾ। ਪਿਆਰਿਓ ਜੇ ਇੱਥੇ ਕਿਤੇ ਪ੍ਰਵਾਹ ਕਰ ਦਿਓ ਗੁਰਮਤ ਅਨੁਸਾਰ, ਜੇ ਉਹਦੇ ਲਈ ਕੁਝ ਘੱਲਣਾ ਤੇ ਲੈ ਕੇ ਜਾਣਾ ਨਾ। ਗੁਰੂ ਕਹਿੰਦਾ ਸੰਗਤ ਵਿੱਚ ਮੇਰੇ ਲਈ ਰੱਬ ਰੱਬ ਜਪੋ ਹੀ ਸਭ ਕੁਝ ਫੁੱਲ ਹੈ, ਪਿੰਡ ਪੱਤਲ ਕਿਰਿਆ ਦੀਵਾ ਫੁੱਲ। ਹੁਣ ਹਰ ਸਰ ਪਾਇਓ, ਆਪਾਂ ਕਹਾਂਗੇ ਜੀ ਇਹ ਨਵੀਂ ਗੱਲ ਨਹੀਂ, ਇਹ ਗੱਲ ਗੁਰੂ ਜੀ ਨੇ ਗਿਆ ਵੀ ਕਹੀ। ਜਿਸ ਦਿਨ ਮਹਾਰਾਜ ਜੀ ਨੂੰ ਕਿਹਾ ਪਿੰਡ ਭਰੋਗੇ, ਗੁਰੂ ਸਾਹਿਬ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਜੂਕਾ ਜਮ ਜਮ ਸਿਓ ਮੇਲ, ਲੋਕਾ ਮਤ ਕੋ ਫੱਕੜ ਪਾਏ ਲੱਖ ਮੜਿਆ ਕਰ ਏਕ ਤੇ ਏਕ ਰਤੀ ਲੈ। ਭਾਈ ਗੁਰੂ ਤੇਗ ਬਹਾਦਰ ਸਾਹਿਬ ਦੇ ਅਸਤਾਂ ਅਜੇ ਵੀ ਪਏ ਹੋਏ ਨੇ ਰਕਾਬਗੰਜ, ਆਪ ਨੂੰ ਪਤਾ ਹੈ ਨਾ, ਰਕਾਬਗੰਜ ਹੀ ਨੇ ਥੱਲੇ ਜਿੱਥੇ ਰੋਜ਼ ਸੇਵਾ ਕਰਦੇ ਆ। ਮੈਂ ਇਸ ਕਰਕੇ ਬੇਨਤੀ ਕਰਨ ਲੱਗਾ, ਗੁਰੂ ਅਮਰਦਾਸ ਇਹ ਗੱਲ ਸਮਝਾਉਂਦੇ ਪਏ ਆ, ਪਿੰਡ ਪੱਤਲ ਕਿਰਿਆ ਦੀਵਾ ਫੁੱਲ, ਹਰ ਸਰ ਪਾਵੈ ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਚਲੋ ਅਗਲਾ ਪਤਾ ਵੀ ਪੜ੍ਹ ਦਈਏ, ਮਹਾਰਾਜ ਗੁਰ ਸ਼ਬਦ ਸੱਚ ਨਿਸ਼ਾਨ ਜੀਓ, ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜੀਓ, ਸਭ ਪਵੈ ਪੈਰੀ ਸਤਿਗੁਰੂ ਕੇਰੀ, ਜਿੱਥੇ ਗੁਰੂ ਆਪ ਰੱਖਿਆ। ਗੁਰੂ ਅਮਰਦਾਸ ਨੇ ਜਿੱਥੇ ਆਪਣੇ ਆਪ ਨੂੰ ਰੱਖਿਆ, ਜਿੱਥੇ ਗੁਰੂ ਆਪ ਰੱਖਿਆ ਕੋਈ ਕਰ ਬਖੀਲੀ ਨਿਵੈ ਨਾਹੀਂ, ਫਿਰ ਸਤ ਗੁਰੂ ਆਨ ਨਿਵਾਇਆ, ਹਰ ਗੁਰੇ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ, ਕਹਿ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ। ਅੱਜ ਗੁਰੂ ਅਮਰਦਾਸ ਦਾ ਜੋਤੀ ਜੋਤ ਸਮਾਵਣ ਦਿਵਸ ਹੈ। ਚਲੋ ਆਪਾਂ ਰਾਮਕਲੀ ਸਾਧ ਥੋੜਾ ਜਿਹਾ ਅਰਥ ਕਰ ਲਿਆ, ਇਹ ਸਭ ਨੇ ਜਾਣਾ ਜੀ, ਮੈਂ ਵੀ ਜਾਣਾ, ਤੁਸਾਂ ਵੀ ਜਾਣਾ। ਸੱਚ ਇਹ ਵੇ ਕਿ ਜਿੰਨਾ ਜਿਉਂਦੇ ਜੀ ਬੰਦਗੀ ਕਰਾਂਗੇ, ਮੈਂ ਕਈ ਵਾਰੀ ਸੋਚਣਾ, ਅਸੀਂ ਕਹਿੰਦੇ ਹਾਂ ਮਰਨ ਤੋਂ ਬਾਅਦ ਚਰਨਾਂ 'ਚ ਥਾਂ ਦਈ, ਜੇ ਜਿਉਂਦੀ ਰੋਜ਼ ਚਰਨ ਪਕੜਨ ਲੱਗ ਪਈਏ ਇਹ ਵੀ ਸਹਿਸਾ ਮੁੱਕ ਜਾਏਗਾ, ਜਿਉਂਦੇ ਜੀ ਉਹਦੇ ਸਿਮਰਨ 'ਚ ਜੁੜ ਜਾਈਏ, ਆਹ ਬੰਦਗੀ ਕਰੀਏ। ਖੈਰ ਮੈਂ ਅੱਜ 20 ਮਿੰਟ ਲੈ ਗਿਆ ਜੀ ਇਸ ਸੰਬੰਧੀ, ਇਸ ਕਰਕੇ ਅੱਜ ਦਾਤਾ ਜੀ ਦਾ ਜੋਤੀ ਜੋਤ ਸਮਾਵਣ ਦਿਵਸ ਹੈ, ਧੰਨ ਗੁਰੂ ਅਮਰਦਾਸ ਦਾ। ਕੱਲ ਜਿਹੜੀ ਅਸੀਂ ਵਿਚਾਰ ਕੀਤੀ ਸੀ ਦੁਪਹਿਰੇ, ਗੁਰੂ ਨਾਨਕ ਸਾਹਿਬ ਜੀ ਨੇ ਇਹ ਨਹੀਂ ਕਿਹਾ ਵੀ ਸੰਸਾਰ ਦੀ ਕਿਰਤ ਨਹੀਂ ਕਰਨੀ, ਖੇਤੀ ਦਾ ਜ਼ਿਕਰ ਕੀਤਾ, ਨੌਕਰੀ ਦਾ ਜ਼ਿਕਰ ਕੀਤਾ, ਮਹਾਰਾਜ ਜੀ ਨੇ ਵਪਾਰ ਦਾ ਜ਼ਿਕਰ ਕੀਤਾ, ਦੁਕਾਨਦਾਰੀ ਦਾ ਜ਼ਿਕਰ ਕੀਤਾ, ਪਰ ਉਸ ਗੱਲ ਨਾਲ ਇਸ ਗੱਲ ਨੂੰ ਸਮਝਾ ਦਿੱਤਾ ਕਿ ਜਿਵੇਂ ਤੂੰ ਖੇਤੀ ਕਰਨਾ, ਦੁਕਾਨਦਾਰੀ ਕਰਨਾ, ਵਪਾਰ ਕਰਨਾ, ਨੌਕਰੀ ਕਰਨਾ, ਆਹ ਮੈਂ ਤੈਨੂੰ ਦੱਸਾਂ ਇਸ ਬਾਹਰ ਮੁਖੀ ਕਿੱਤੇ ਦੇ ਨਾਲ ਆਪਣੇ ਅੰਦਰੋਂ ਕਿਵੇਂ ਤੂੰ ਬੰਦਗੀ ਕਰ ਸਕਣਾ ਹੈ। ਉਦਾਹਰਨਾਂ ਦਿੱਤੀਆਂ ਬਾਹਰ ਦੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਹਜ਼ੂਰ ਨੇ ਜਦੋਂ ਇਹ ਬਚਨ ਕਹਿ ਪਿਤਾ ਜੀ ਮਾਤਾ ਜੀ, ਫਿਰ ਜਦੋਂ ਕੁਛ ਮਹੀਨੇ, ਜਨਮ ਸਾਖੀ ਵਾਲਾ ਕਹਿੰਦਾ 3-4 ਮਹੀਨੇ, ਬਹੁਤ ਘੱਟ ਬੋਲਦੇ ਆ, ਜ਼ਿਆਦਾ ਕੁਝ ਖਾਂਦੇ ਨਹੀਂ, ਹੱਸਦੇ ਨਹੀਂ ਦੇਖੇ, ਖਾਮੋਸ਼ ਰਹਿਣਾ, ਚੁੱਪ ਰਹਿਣਾ। ਬੋਧਿਕ ਤਲ ਦੇ ਵਿਦਵਾਨ ਕਹਿੰਦੇ ਆ ਕਿ ਸੋਚਾਂ ਵਿੱਚ ਡੁੱਬੇ ਰਹਿੰਦੇ ਆ। ਮੈਂ ਤਾਂ ਕਿਹਾ ਸੋਚ ਮੰਡਲ ਮਨ ਦੀ ਇੱਕ ਅਵਸਥਾ ਹੈ, ਗੁਰੂ ਸੋਚ ਮੰਜ਼ਲ ਵਿੱਚ ਨਹੀਂ ਡੁੱਬਾ, ਗੁਰੂ ਸੱਚ ਵੀ ਆਪਣੇ ਪਿਆਰੇ ਦੇ ਦੀਦਾਰ ਦੇ ਵਿੱਚ, ਆਪਣੇ ਪਿਆਰੇ ਦੇ ਸ਼ਬਦ ਵਿੱਚ ਡੁੱਬਾ ਹੈ। ਸੋਚਾਂ ਚ ਕਹਿਣਾ ਮੈਨੂੰ ਨਹੀਂ ਲੱਗਦਾ ਸ਼ਬਦ ਏਡਾ ਚੰਗਾ, ਸੋਚ ਮੰਡਲ ਚ ਅਸੀਂ ਹਾਂ ਜੀ, ਸੋਚ ਮੰਡਲ ਜਿੱਥੇ ਹੋਵੇਗੀ ਉੱਥੇ ਚਿੰਤਾ ਹੋਵੇਗੀ। ਇਹ ਕਹਿਣਾ ਜੀ ਮਹਾਰਾਜ ਆਪਣੀ ਸੋਚ ਡੁੱਬੇ ਸਨ, ਜਿੱਥੇ ਸੋਚ ਹੋਵੇਗੀ ਗੁਰਮੁਖੋ ਉੱਥੇ ਚਿੰਤਾ ਅਵਸ਼ ਹੋਵੇਗੀ, ਜਿਹੜਾ ਸੋਚ ਮੰਡਲ ਤੋਂ ਵੀ ਉੱਪਰ ਉੱਠ ਜਾਂਦਾ ਹੈ
महाराज ये अवस्था सब ते आउंदी है जी, इनू तुसी बैराग दी अवस्था कहो, इनू बिरहा दी अवस्था कहो, इनू तुसी इउं कह लिए अपने अंतर आत्मे प्यारे नू मिलन दे दर्द दी अवस्था कहो। गुरु नानक साहिब महाराज कट बोल दिया, ए अवस्था थोड़ा जा बाणी च देख लीए। गुरमुखो याद रखो, ये मैं संसारी गल कर लगा, जिस दिन पुत्र ती खून दा रिश्ता भी याद रखियो, किसे होर पासे अपना झुका कर ले, तुसी जन्म दिता है, तुसी परवरिश कीती है, जे इश्क मजाजी विच भी किसे बंदे दी सुरत किते उलारू हो जाए, तुसी सारे अड्डी चोटी तक जोर ला लियो, ओ कई सालां दा रिश्ते नू ठुड्डा मार जाएगा, जिधर खिच बनी उनू छेती त्यागदा नहीं। इह संसारी जी खेड है, ते जिदे अंदर इश्क हकीकी दी मोहब्बत है, रब दी मोहब्बत है, ओदे सामने दुनिया दे रिश्ते की अहमियत रख दे। गुरु ग्रंथ साहिब ने इस अवस्था नू वक वक भगतां दी अवस्था, गुरु साहिबाना दी, ए बिल्कुल सच है कि जिवें एक सुहागण एक मां बन लगी होवे, इस्त्री होना, सुहागण होना ते मां बनना, ये तीन अवस्थावां ने। जदों मापिया दे घर कुवारापन है, उदों सचमुच ओदी अंदर दी फीलिंग होर है, ओही जदों व्याही जांदी है सुहागण बनदी, ओदे अंदर दी फीलिंग होर है, जिस दिन अपनी कुख विचों संतान नूं जन्म दिंदी है मां बनदी, उदों फीलिंग होर है। पर मां बन लई सच एवे कि मां बनना लाल नूं गोदी च खड़ाना, पुत्र होवे ती होवे उनू प्रसूत दी पीड़ा विचों हर हालत च लंघना पैंदा है, जिन्हें रब दे दीदार पाने नूं बिरहा दी पीड़ा विचों जरूर निकलना पैंदा है। यह है नहीं कि बिरहा ना आवे, जे बाकी गल्लां करो ते सोच मंडली है जी, उनू बिरहा दी अवस्था विचों निकलना पएगा। गुरु नानक साहब इस अवस्था च निकले है, बाबा फरीद जी इस अवस्था चो निकले आ, भगत नामदेव इस अवस्था चो निकले आ। मैं सीधी जी गल करा कि जिन्ने भी तत् वेता गुरमुख प्यारे रब की बंदगी करने वाले जिन्ने भी होए ने, हर एक ते बिरह की अवस्था जरूर आई है। इनू महाराज ने बाणी विच भी कहा कि हर तीजड़ी लाम मन चाओ भया, बैरागियां बलराम जियो। असी थोड़े जे बाणी चो प्रमाण लै लीए, बाबा फरीद साहब का एक बचन है, उन्होंने तो बड़े शब्द ने, फिरदा बिरहा बिरहा आखी है, बिरहा तू सुल्तान। मैं भावे सुनानी साखी हुई है, थोड़ी जी मेरी बेनती होंगी भी असी साखी ते शक ना कर सकी, जो बाणी दी मोर लगे, बिरहा बिरहा आखी है, बिरहा तू सुल्तान, फरीदा जित तन बिरो ना उपजे, सो तन जान मसान। प्रेम विशोहा धनी से जेड़ा उदन कथा की सी, अठे पैर लवन, आप जी नूं शायद एक बार अर्ज की सी, मेरे मन च श्लोक पढ़ दिया बड़ी बारी आया, आ भाई साहब आना रजिंदर सिंह तकरीबन हर थाई पढ़ दे जो कि संगत कहिंदी। हुण शब्द कह के बिरहा सुल्तान है, ते सुल्तान दा लफ्ज़ी अर्थ हुंदा सम्राट बादशाह, सुल्तान दा अर्थ आप सारे जानते हो महाराजा, शब्द वरता राजान राज। ए शब्द क्यों वरत्या, बिरहा तू सुल्तान, सब ने अर्थ यही किते ने सांझी कि बिरहा तू राजा है सुल्तान है, पर क्यों है सुल्तान। दूजा शब्द वरत्या, जित तन बिरहो ना उपजे, सो तन जान मसान। मुसलमान ते मसाना च भूख दे कोई नहीं, उथे कबर नहीं क्या कि जिस तन विचो बिरहा पैदा नहीं हुंदा वह कबरस्तान है। उंज बाबा जी कबर की गल करते, गोरां से निमाणिया बैसन रूहां मल, जां आप शब्द पढ़ने हो कि गोर निमाणी सड करै ने घरिया कर आओ। जेड़ा सुल्तान शब्द क्या इन्ना गहरा है कि इहदे विच व्याखी बड़े कमाल दी है कि साडी बॉडी दे विच परमात्मा ने बेअंत जज्बे पाए। मैं जज्बा शब्द एक वरत्या, इनू एनर्जी की छां जज्बा कहांगे बहुत ठीक रहेगा, इस विच क्रोध का जज्बा है, ये एनर्जी, मोह का, लालच का, हंकार का, तमे का, निंदिया का, चुगली का,
ਇਹ ਕਈ ਤਰ੍ਹਾਂ ਦੇ ਜਜ਼ਬੇ ਬੋਡੀ ਚ ਨੇ, ਪਰ ਇਹ ਹਰ ਜਜ਼ਬਾ ਜਿਹੜਾ ਸੁਲਤਾਨ ਨਹੀਂ। ਕ੍ਰੋਧ ਉਪਜਦਾ ਸੁਲਤਾਨ ਬਣਾਉਣ ਦੀ ਥਾਂ ਬੰਦੇ ਨੂੰ ਲੱਜਿਆਵਾਨ ਕਰ ਜਾਂਦਾ ਹੈ। ਜਦੋਂ ਗੁੱਸਾ ਉਤਰਦਾ ਬਾਅਦ ਚ ਕੀ ਹੁੰਦਾ? ਕਾਮ ਦੀ ਬਿਰਤੀ ਹੈ, ਪਰ ਸੁਲਤਾਨ ਇਹਨੂੰ ਵੀ ਨਹੀਂ ਕਹਾਂਗਾ। ਸੱਚ ਏਵੇ ਕਿ ਨਿਮਖ ਇੱਕ ਸਵਾਦ ਕਾਰਨ ਕੋੜ ਦਿਨ ਸੁਖ ਪਾਵੇ, ਉਹ ਵੀ ਸੁਲਤਾਨ ਨਹੀਂ। ਇੱਕ ਬੰਦਾ ਲਾਲਚ ਕਰਦਾ, ਕਿਸੇ ਦਾ ਹੱਕ ਖੁੰਦਾ, ਜਦੋਂ ਪਤਾ ਲੱਗਦਾ ਉਹ ਸੁਲਤਾਨ ਬਣਦਾ। ਇਹ ਜਿੰਨੇ ਵੀ ਜਜ਼ਬੇ ਨੇ, ਸੁਲਤਾਨ ਕਿਉਂ ਕਿਹਾ ਕਿ ਕਾਮ ਕਹਿ, ਕ੍ਰੋਧ ਕਹਿ, ਲੋਭ ਕਹਿ, ਮੋਹ ਕਹਿ, ਈਰਖਾ ਕਹਿ, ਹਰ ਜਜ਼ਬਾ ਬੋਡੀ ਵਿੱਚ ਹੈ, ਪਰ ਇਹ ਸੁਲਤਾਨ ਨਹੀਂ। ਬਿਰਹਾ ਇਸ ਕਰਕੇ ਸੁਲਤਾਨ ਹੈ, ਜਿਸ ਅੰਦਰ ਇਹ ਉਪਜਦਾ, ਇਸ ਤੋਂ ਬਾਅਦ ਰੱਬ ਦੇ ਵਿੱਚ ਅਭੇਦਤਾ ਹੁੰਦੀ ਹੈ। ਇਹ ਪਛਤਾਵਾ ਨਹੀਂ ਦੇ ਕੇ ਜਾਂਦਾ, ਬਿਰਹਾ ਸੁਲਤਾਨ ਹੈ। ਫਿਰ ਬੇਨਤੀ ਸੁਣੋ, ਇਸ ਜਦੋਂ ਇਹਦੇ ਅੰਦਰ ਰੋਂਦੇ ਤੇ ਬੰਦੇ ਦੁੱਖ ਵਿੱਚ ਵੀ ਨੇ, ਰੋਂਦੇ ਸੁੱਖ ਵਿੱਚ ਵੀ ਨੇ, ਰੋਤੇ ਗਮੀ ਵਿੱਚ ਵੀ ਨੇ, ਰੋਤੇ ਸਾਰ ਹੁੰਦੇ ਨੇ। ਮੈਨੂੰ ਯਾਦ ਹੈ ਬਾਬਾ ਅਤਰ ਸਿੰਘ ਮਹਾਰਾਜ ਇੱਕ ਸ਼ਬਦ ਕਹਿੰਦੇ ਸਨ ਕਿ ਕਹਿੰਦੇ ਸਨ, ਸ਼ਬਦ ਪੜ੍ਹਦਿਆਂ, ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਵਿਚਾਰ ਕਰਦਿਆਂ, ਜਿਸ ਦਿਨ ਤੇਰੀਆਂ ਅੱਖਾਂ ਚੋਂ ਪਿਆਰੇ ਦੀ ਯਾਦ ਲੈ ਕੇ, ਦਰਸ਼ਨ ਲੈ ਕੇ, ਇੱਕ ਕਿਤੇ ਅੱਖਾਂ ਚੋਂ ਅਥਰੂ ਬਾਹਰ ਡਿੱਗ ਪਿਆ, ਉਹ ਚ ਇੰਨੀ ਵੱਡੀ ਸ਼ਕਤੀ ਹੈ, ਬਿਰਹਾ ਦਾ ਇੱਕ ਅਥਰੂ ਕਰੋੜਾਂ ਜਨਮਾਂ ਦੀ ਮੈਲ ਧੋ ਦਿੰਦਾ ਹੈ। ਗੱਲ ਬੜੀ ਸੋਹਣੀ ਮੈਨੂੰ ਲੱਗੀ। ਅਗਲੀ ਗੱਲ ਕਹੀ ਉਹਨੇ ਕਿ ਜਦੋਂ ਦਰਿਆ ਓਵਰਫਲੋ ਹੁੰਦੇ ਆ, ਹੜ੍ਹ ਆਉਂਦਾ ਜੀ, ਕਹਿੰਦੇ ਨਦੀਆਂ ਦੇ ਕਿਨਾਰੇ ਪਿਆ ਹੋਇਆ, ਦਰਿਆਵਾਂ ਦੇ ਕਿਨਾਰੇ ਕਚਰਾ ਪਿਆ, ਮਿੱਟੀ ਕੱਟਾ, ਕੂੜੇ ਦੇ ਢੇਰ ਲੱਗੇ ਨੇ, ਜਦੋਂ ਦਰਿਆ ਓਵਰਫਲੋ ਹੁੰਦਾ ਹੈ, ਉਹਦਾ ਪਾਣੀ ਕਿਨਾਰਿਆਂ ਨੂੰ ਵੀ ਧੋ ਕੇ ਚਲਾ ਜਾਂਦਾ ਹੈ। ਜਿਸ ਬੰਦੇ ਦੇ ਅੰਦਰ ਬਿਰਹਾ ਦੇ ਅਥਰੂ ਆਜਨ ਸੱਚੀ ਮੁੱਚੀ ਉਹਦੇ ਜਨਮਾਂ ਦੀ ਮੈਲ ਧੋ ਕੇ ਲੈ ਜਾਂਦਾ ਹੈ। ਇਹ ਸੁਲਤਾਨ ਇਸ ਕਰਕੇ ਵੀ ਜੀ, ਇਸ ਜਜ਼ਬੇ ਤੋਂ ਬਾਅਦ ਕਦੀ ਪਛਤਾਵਾ ਨਹੀਂ। ਬਾਕੀ ਹਰ ਜਜ਼ਬਾ ਪਛਤਾਵੇ ਨੂੰ ਜਨਮ ਦਿੰਦਾ ਹੈ। ਇਹ ਸੁਲਤਾਨ ਤਾਂ ਹੈ, ਐਵੇਂ ਨਹੀਂ ਕਹਿਤਾ ਬਿਰਹਾ ਤੂੰ ਸੁਲਤਾਨ, ਕਾਮ ਨੂੰ ਨਹੀਂ ਕਿਹਾ ਤੂੰ ਸੁਲਤਾਨ, ਕ੍ਰੋਧ ਨੂੰ ਨਹੀਂ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਪ੍ਰੇਮ ਵਿਛੋ। ਜਿਸ ਬੋਡੀ ਚ ਕਦੀ ਵੀ ਪੈਦਾ ਹੀ ਨਹੀਂ ਹੋਇਆ ਵੀ ਰੱਬ ਨੂੰ ਮਿਲਣ ਦੀ ਗੱਲ, ਸੋ ਤਨ ਜਾਨ ਮਸਾਨ, ਮਸਾਨ ਕਿਉਂ ਕਿਹਾ, ਕਬਰ ਕਹਿ ਦਿੰਦੇ? ਨਹੀਂ ਨਹੀਂ, ਇਹਦੇ ਵਿੱਚ ਵੀ ਇੱਕ ਰਮਜ ਹੈ। ਕਬਰ ਵਿੱਚ ਬੰਦਾ ਦਫਨਾ ਦਿੱਤਾ, ਕਹਾਣੀ ਖਤਮ। ਆ ਕਬਰਾਂ ਚ ਦਫਨਾਏ ਨੇ ਲੋਕੀ, ਕਿਤੇ ਜਾਂਦੇ ਆ ਐਤਵਾਰ ਨੂੰ ਗੋਰੇ ਫੁੱਲ ਭਰ ਰੱਖਦੇ ਆ, ਪਰ ਸ਼ਮਸ਼ਾਨ ਤਾਂ ਕਿਹਾ ਕਿਉਂਕਿ ਸ਼ਮਸ਼ਾਨ ਭੂਮੀ ਵਿੱਚ ਰੋਜ਼ ਹੀ ਅੱਗ ਬਲਦੀ ਹੈ। ਜਦੋਂ ਬੰਦਾ ਫੂਕਿਆ ਜਾਣਾ, ਅੱਗ ਬਲੇਗੀ। ਕਦੀ ਤੁਸੀਂ ਦੇਖਿਓ, ਮੈਂ ਦੇਖਿਆ, ਮੈਨੂੰ ਉਦੋਂ ਇਹ ਅਰਥ ਸੁੱਝੇ। ਸਾਡੇ ਬਹੁਤ ਇੱਕ ਪ੍ਰੇਮੀ ਸੱਜਣ ਸਨ, ਸ਼੍ਰੀ ਅੰਮ੍ਰਿਤਸਰ ਸਾਹਿਬ, ਉਹ ਚਲਾਣਾ ਕਰ ਗਏ, ਤੇ ਮੈਨੂੰ ਯਾਦ ਹੈ 7 ਜਨਵਰੀ ਸੀ ਜੀ। ਉਸ ਦਿਨ ਇੰਨੀਆਂ ਮੌਤਾਂ ਹੋਈਆਂ ਵੀ ਪੁੱਛੋ ਕੁਝ ਨਾ, ਅਰਥੀਆਂ ਕਿੰਨੀਆਂ ਜਲਣ ਪਈਆਂ। ਤੇ ਜਦੋਂ ਉਹਨਾਂ ਕਿਹਾ ਵੀ ਕਿੱਥੇ ਲਾਣੀਏ, ਤੇ ਉੱਥੇ ਸ਼ਮਸ਼ਾਨ ਘਾਟ ਵਿੱਚ ਕੰਮ ਕਰਨ ਵਾਲਾ ਜਿਹੜਾ ਸੀ, ਉਹਨੇ ਕਿਹਾ ਵੀ ਆਹ ਸ਼ੈੱਡ ਖਾਲੀ ਏ, ਇੱਥੇ ਲਾ ਲਓ ਤੁਸੀਂ, ਇਹਦੀ ਇੱਥੇ ਲਾ ਦਿੰਦੇ ਹਾਂ। ਘਰਦਿਆਂ ਕਿਹਾ ਇਹ ਜ਼ਮੀਨ ਤਾਂ ਤਪੀ ਹੈ, ਅਜੇ ਉਸ ਗੀਠਾ ਸਮੇਟ, ਇਹ ਤਪੀ ਹੈ। ਉਹਨੇ ਹੱਸ ਕੇ ਕਿਹਾ, ਚੇਤੇ ਰੱਖੇ ਹੋਏ ਵਿਚਾਰੀ, ਤਪਣ ਵਾਸਤੇ ਬਣੀ ਹੈ। ਮੈਨੂੰ ਉੱਥੇ ਅਰਥ ਸੁੱਝੇ ਕਿ ਜਿੱਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਨ ਮਸਾਨ, ਮਸਾਨ ਦਾ ਅਰਥ ਜਿੱਥੇ ਸੁੰਝ ਪੈ ਤੇ ਕੇਵਲ ਤਪਦਾ ਹੀ ਹੋਵੇ। ਸ਼ਮਸ਼ਾਨ ਘਾਟ ਵਿੱਚ ਆਪਾਂ ਤਾਂ ਹੀ ਜਾਂਦੇ ਹਾਂ, ਜਾਂ ਅੰਗਿਆਰੀਆਂ ਸਮੇਟਣ ਜਾਂਦੇ ਹਾਂ ਤੇ ਜਾਂ ਅੱਗ ਲਾਉਣ ਜਾਂਦੇ ਹਾਂ, ਸੈਰ ਕਰਨ ਥੋੜਾ ਕੋਈ ਜਾਂਦਾ। ਇਸ ਕਰਕੇ ਜਿਹੜਾ ਇਹ ਹੈ ਕਿ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਫਰੀਦਾ ਜੇ ਤਨ ਬਿਰੋ ਨਾ ਉਪਜੈ ਸੋ ਤਨ ਜਾਨ ਮਸਾਨ। ਦੂਜੀ ਗੱਲ ਭਗਤ ਕਬੀਰ ਸਾਹਿਬ ਨੇ ਕਹੀ, ਕਹਿਣ ਲੱਗੇ ਕਬੀਰ ਬਿਰੋਂ ਭੁਯੰਗਮ ਮਨ ਮਸੈ। ਹਾਲਾਂ ਮੈਂ ਕੱਲ ਅਰਜ਼ ਕੀਤੀ ਸੀ ਸੱਪ ਦੀ, ਜਦੋਂ ਗੱਲ ਚੱਲੀ ਬਾਣੀ ਚ, ਇਹ ਸੱਪ ਨੂੰ ਮਾਇਆ ਨਾਲ ਤੁਲਨਾ ਦਿੱਤੀ, ਇੱਥੇ ਮਹਾਰਾਜ ਜੀ ਨੇ ਸੱਪ ਨੂੰ ਬਿਰਹਾ ਨਾਲ ਤੁਲਨਾ ਦਿੱਤੀ। ਕਿਉਂ? ਮਹਾਰਾਜ ਸ਼ਬਦ ਵਰਤ ਰਹੇ ਆ, ਉੱਥੇ ਤਾਂ ਕਿਹਾ ਸਪਨੀ, ਤਾਂ ਕਿਹਾ ਕਿ ਸੱਪ ਨੂੰ ਦੁੱਧ ਪਾਓ ਨੇ ਫਿਰ ਵੀ ਡੰਗ ਮਾਰਨਾ। ਇੱਥੇ ਸੱਪ ਤਾਂ ਵਰਤਿਆ ਹੈ, ਕਈ ਵਾਰੀ ਜ਼ਹਿਰੀਲਾ ਸੱਪ ਡੰਗ ਮਾਰ ਜਾਏ ਤੇ ਮੰਤਰ ਕਰਨ ਵਾਲਾ ਵੀ ਕਹਿੰਦਾ ਨਹੀਂ ਹੋਏ, ਇਹ ਇੰਨਾ ਖਤਰਨਾਕ ਸੱਪ, ਇਹਦੇ ਤੇ ਕੋਈ ਦਵਾਈ ਤੇ ਮੰਤਰ ਅਸਰ ਨਹੀਂ ਕਰਨਾ। ਗੁਰੂ ਕਹਿੰਦਾ ਬਿਰਹਾ ਸੱਪ ਦੀ ਤਰ੍ਹਾਂ ਹੈ,
ਜਿਹਨੂੰ ਇਹ ਡੰਗ ਮਾਰ ਜਾਏ ਦੁਨੀਆਂ ਦੀ ਕੋਈ ਮਾਇਆ ਉਹਦੇ ਉੱਤੇ ਅਸਰ ਨਹੀਂ ਕਰ ਸਕਦੀ। ਇਹਦਾ ਭਾਵ ਇਹ ਲੈਣਾ ਹੈ ਕਿ ਕਬੀਰ ਬਿਰਹੋ ਭੁਯੰਗਮ ਮਨ ਬਸੈ, ਮੰਤ ਨਾ ਮੰਤ ਦਾ ਵੈਸੇ ਲਫ਼ਜ਼ੀ ਅਰਥ ਹੁੰਦਾ ਸਲਾਹ, ਮੰਤਰ ਦਾ ਅਰਥ ਵੀ ਸਲਾਹ ਹੈ ਜੀ, ਯਾਦ ਰੱਖਿਓ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਸਲਾਹ ਕੀਤੀ, ਕਹਿੰਦੇ ਕੋਈ ਸਲਾਹ ਨਹੀਂ ਮੰਨਦਾ। ਫਿਰ ਕਬੀਰ ਬਿਰਹੋ ਭੁਯੰਗਮ ਮਨ ਬਸੈ, ਮੰਤ ਨਾ ਮਾਨੈ ਕੋਏ, ਰਾਮ ਬਿਯੋਗੀ ਨਾ ਜੀਏ, ਜੀਏ ਤਾਂ ਬਹੁਰਾ ਹੋਏ। ਉਹ ਇਹੋ ਜਿਹਾ ਡੰਗ ਮਾਰ ਜਾਂਦਾ, ਲੋਕ ਉਹਨੂੰ ਝੱਲਾ ਕਹਿੰਦੇ ਆ, ਕਮਲਾ ਕਹਿੰਦੇ ਆ। ਖੈਰ ਮੈਂ ਬੇਨਤੀ ਕਰਾਂ, ਗੁਰੂ ਨਾਨਕ ਸਾਹਿਬ ਇਹ ਅਵਸਥਾ ਆਈ ਬਾਬਾ ਜੀ ਤੇ, ਘੱਟ ਖਾਣਾ, ਘੱਟ ਬੋਲਣਾ, ਹੱਸਣਾ ਨਹੀਂ ਜ਼ਿਆਦਾ ਕਿਸੇ ਨਾਲ। ਮੈਂ ਫਿਰ ਬੇਨਤੀ ਕਰਾਂਗਾ, ਇਹ ਅਧਿਆਤਮਕ ਜੀਵਨ ਚ ਅਵਸਥਾ ਤੇ ਖੁਦ ਬਾਬਾ ਜੀ ਨੇ ਬਾਣੀ ਚ ਸ਼ਬਦ ਕਹੇ, ਬੇਅੰਤ ਸ਼ਬਦ ਕਹੇ ਆ। ਕਹਿੰਦੇ ਉਸ ਵਕਤ ਬਾਬਾ ਕਾਲੂ ਜੀ ਭਰਾ ਲਾਲੂ ਦੇ ਘਰ ਗਏ, ਇਕੱਠੇ ਹੋਏ ਆ। ਸਾਰਿਆਂ ਨੇ ਕਿਹਾ ਕੀ ਕਰੀਏ, ਇਹਦਾ ਕਈ ਮਹੀਨੇ ਹੋ ਗਏ ਨਾ ਹੱਸਦਾ, ਨਾ ਖੇਡਦਾ, ਨਾ ਬੋਲਦਾ, ਇਕਾਂਤ ਵਿੱਚ ਅੱਖਾਂ ਚ ਖੁਮਾਰੀ, ਨੇਤਰ ਸੇਜਲ ਕਰਕੇ। ਸਾਰਿਆਂ ਅਖੀਰ ਤੇ ਸਲਾਹ ਕੀਤੀ, ਇਹਦੇ ਸਰੀਰ ਦੇ ਅੰਦਰ ਕੋਈ ਰੋਗ ਹੋ ਸਕਦਾ ਹੈ, ਦੱਸਦਾ ਵੀ ਨਹੀਂ। ਫਿਰ ਪਿਤਾ ਜੀ ਜਾਂਦੇ ਆ, ਕੁਛ ਕਹਿੰਦੇ ਆ ਬਾਬਾ ਲਾਲੂ ਜੀ, ਪਰਿਵਾਰ ਦੇ ਜੀ ਗਏ ਤੇ ਵੈਦ ਦਾ ਨਾਮ ਸੀ ਹਰਦਾਸ, ਉਹਨੂੰ ਜਾ ਕੇ ਆਖੇ ਉਹਨੇ ਵੈਦ ਕਿ ਤੂੰ ਸਾਡੇ ਘਰ ਚੱਲ। ਕਿਉਂ ਜੀ? ਕਹਿੰਦੇ ਨਾਨਕ ਜੀ ਨੂੰ ਕੁਛ ਔਰ ਹੋਇਆ, ਕੋਈ ਰੋਗ ਹੋ ਗਿਆ ਹੈ, ਸਾਨੂੰ ਸਮਝ ਨਹੀਂ ਪੈ ਰਹੀ। ਉਹਨੂੰ ਭੁੱਖ, ਉਹਨੂੰ ਹਾਸਾ, ਕੁਛ ਵੀ ਨਾ, ਨੀਂਦ, ਪਿਆ ਰਹੇ ਤੇ ਪਿਆ ਰਹੇ, ਨਾ ਖਾਏ ਤੇ ਨਾ ਖਾਏ। ਹਰਦਾਸ ਕਹਿੰਦਾ ਮੈਂ ਨਾਲ ਚੱਲਣਾ। ਉਹਨੇ ਝੋਲਾ ਲੈ ਲਿਆ ਆਪਣਾ ਦਵਾਈਆਂ ਵਾਲਾ। ਗੁਰੂ ਨਾਨਕ ਸਾਹਿਬ ਮਹਾਰਾਜ ਮੰਜੇ ਤੇ ਪਏ ਆ, ਤਨ ਉੱਤੇ ਬਸਤਰ ਲਿਆ ਹੈ, ਤੇ ਵੈਦ ਨੇ ਗੁਰੂ ਨਾਨਕ ਸਾਹਿਬ ਦੇ ਮੰਜੇ ਕੋਲ ਚਲਾ ਗਿਆ ਹਰਦਾਸ। ਉਹਨੇ ਫਿਰ ਸਤਿਗੁਰੂ ਦੀ ਬਾਂਹ, ਬਾਬਾ ਜੀ ਦੀ ਬਾਂਹ ਦੀ ਨਬਜ਼ ਟੋਲਣ ਲੱਗਾ। ਚਲੋ ਇਹ ਤਾਂ ਬਾਣੀ ਵਿੱਚ ਹੈ ਨਾ। ਜਦੋਂ ਮਹਾਰਾਜ ਜੀ ਦੀ ਬਾਂਹ ਨੂੰ ਹੱਥ ਲਾਇਆ, ਗੁਰੂ ਸਾਹਿਬ ਨੇ ਚਿਹਰੇ ਤੋਂ ਕੱਪੜਾ ਹਟਾ ਲਿਆ। ਉਸੇ ਵਕਤ ਮਹਾਰਾਜ ਉੱਠ ਕੇ ਬੈਠ ਗਏ, ਉਹਨੇ ਬਾਂਹ ਪਕੜੀ। ਪਰਿਵਾਰ ਨੂੰ ਲੱਗਾ ਵੀ ਨਾਨਕ ਉੱਠ ਕੇ ਬੈਠ ਗਿਆ, ਸ਼ਾਇਦ ਇਹਨੂੰ ਰੋਗ ਸੀ, ਇਹ ਦੱਸਦਾ ਨਹੀਂ। ਮਹਾਰਾਜ ਜੀ ਨੇ ਵੈਦ ਦੀ ਪਕੜੀ ਹੋਈ ਬਾਂਹ, ਆਪਣੀ ਪਕੜੀ ਹੋਈ ਬਾਂਹ ਵਿੱਚ ਕਿਹਾ, ਵੈਦ ਜੀ, ਹਰਦਾਸ ਬਹੁਤ ਮਿੱਠਾ ਬੋਲਿਆ, ਕਿਵੇਂ, ਇਹ ਕਿਉਂ ਬਾਂਹ ਪਕੜੀ? ਕਹਿਣ ਲੱਗੇ, ਨਾਨਕ ਮੈਂ ਤੇਰੇ ਅੰਦਰ ਦੀ ਬਿਮਾਰੀ ਲੱਭਣ ਆਇਆ, ਤੈਨੂੰ ਰੋਗ ਹੈ, ਮੈਂ ਉਹਦੀ ਪਹਿਚਾਣ ਕਰ ਲੱਗਾ। ਤੇ ਪੁਰਾਣੇ ਸਮੇਂ ਆਪ ਨੂੰ ਪਤਾ ਅੱਜ ਵਾਲਾ ਕੰਮ ਨਹੀਂ ਸੀ, ਕਿਉਂਕਿ ਇੱਥੇ ਤੇ ਤੁਹਾਡੇ ਪਤਾ ਨਹੀਂ ਮੈਨੂੰ ਮੈਡੀਕਲ ਦਾ, ਇੰਡੀਆ ਤਾਂ ਸਿੱਧੀ ਜੀ ਗੱਲ ਸਿਰ ਪੜੋ ਵੀ ਚੱਲ ਵੀ MRI ਕਰਾ। ਅਸਲੀਅਤ ਜੇ ਓਨੀ ਦਵਾਈ ਮਹਿੰਗੀ ਨਹੀਂ ਹੁੰਦੀ ਜਿੰਨੇ ਬੰਦੇ ਟੈਸਟ ਨਾਲ ਮਰ ਜਾਂਦੇ, ਕਿਉਂਕਿ ਸਾਰਿਆਂ ਦੀ ਕਮਿਸ਼ਨ ਹੁੰਦੀ, ਹਸਪਤਾਲ ਦੀ ਵੱਖਰੀ ਹੈ, ਡਾਕਟਰ ਦੀ ਵੱਖਰੀ ਹੈ, ਇਸ ਤਰ੍ਹਾਂ ਹੁੰਦਾ ਜੀ ਉੱਥੇ। ਪੁਰਾਣੇ ਸਮੇਂ ਉਹਨਾਂ ਸਿਰਫ ਨਬਜ਼ ਦੇਖਣੀ, ਅੱਖਾਂ ਦੇਖਣੀਆਂ, ਜੀਭ ਦੇਖਣੀ, ਥੁੱਕ ਇਸ ਤਰ੍ਹਾਂ ਕਰਦੇ ਸਨ। ਉਹਨਾਂ ਮਹਾਰਾਜ ਕਹਿੰਦੇ ਕਿਉਂ ਪਕੜੀ ਬਾਂਹ? ਕਹਿੰਦਾ ਨਾਨਕ ਮੈਂ ਤੇਰੀ ਨਬਜ਼ ਪਕੜ ਕੇ ਦੱਸਣਾ ਚਾਹੁੰਦਾ, ਦੇਖਣਾ ਚਾਹੁੰਦਾ ਤੈਨੂੰ ਰੋਗ ਕੀ। ਮਹਾਰਾਜ ਹੱਸ ਪਏ, ਕਹਿਣ ਲੱਗੇ ਵੈਦ ਜੀ, ਨਬਜ਼ ਨਾਲ ਨਹੀਂ ਪਤਾ ਲੱਗਣਾ। ਉਹ ਕਹਿੰਦਾ ਮੇਰੀ ਜ਼ਿੰਦਗੀ ਭਰ ਦਾ ਤਜਰਬਾ ਹੈ ਕਿ ਮੈਂ ਅੱਜ ਤੱਕ ਵੱਡੀਆਂ ਤੋਂ ਵੱਡੀ ਬਿਮਾਰੀ ਵੀ ਸੱਚੀ ਮੁੱਚੀ ਨਬਜ਼ ਪਕੜ ਕੇ, ਨਬਜ਼ ਟਟੋਲ ਕੇ ਦੱਸੀ। ਮਹਾਰਾਜ ਕਹਿਣ ਲੱਗੇ ਹਾਂ, ਦਰਦ ਮੈਨੂੰ ਹੈ। ਪਰਿਵਾਰ ਦੇ ਜੀ ਕਹਿੰਦੇ ਹਾਂ ਹੁਣ ਬੋਲਿਆ, ਸਾਨੂੰ ਨਹੀਂ ਕਦੀ ਦੱਸਿਆ। ਮਹਾਰਾਜ ਨੇ ਕਿਹਾ ਮੈਨੂੰ ਦਰਦ ਹੈ, ਚੀਸ ਉੱਠਦੀ ਏ। ਪਰ ਵੈਦਾ ਉਹ ਚੀਜ਼ ਫਿਜ਼ੀਕਲ ਨਹੀਂ ਹੋ, ਅੰਦਰ ਉੱਠਦੀ ਜ਼ਰੂਰ ਏ। ਉਹ ਚੀਜ਼ ਜਿਹੜੀ ਏ ਇਹਨਾਂ ਹੱਡੀਆਂ ਦੀ, ਇਸ ਅੰਦਰ ਦਰਦ ਨਹੀਂ। ਉਹ ਕਹਿੰਦਾ ਕਾਹਦੀ ਦਰਦ ਹੈ? ਗੁਰੂ ਸਾਹਿਬ ਕਹਿੰਦੇ ਨੇ ਅਸਲ ਚ ਮੇਰੇ ਕਲੇਜੇ ਚ ਖਿੱਚ ਪੈਂਦੀ ਏ, ਉਹ ਬਿਮਾਰੀ ਕਰਕੇ ਨਹੀਂ, ਆਪਣੇ ਪਿਆਰੇ ਦੀ ਯਾਦ ਕਰਕੇ ਪੈਂਦੀ ਹੈ। ਉੱਥੇ ਅਸੀਂ ਸਾਰੇ ਸ਼ਲੋਕ ਪੜ੍ਹਨੇ ਆ, ਵੈਦ ਬੁਲਾਇਆ ਵੈਦਗੀ, ਵੈਦਗੀ ਦਾ ਅਰਥ ਹੈ ਦਵਾਈ ਕਰਨ ਲਈ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਉਹ ਨਬਜ਼ ਪਕੜਦਾ ਪਿਆ, ਬਾਂਹ ਟਟੋਲਦਾ। ਵੈਦ ਬੁਲਾਇਆ ਵੈਦਗੀ, ਪਕੜ ਟੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ।
ਉਸ ਦਿਨ ਮੈਂ ਇੱਥੇ ਇੱਕ ਬੇਨਤੀ ਕੀਤੀ ਸੀ ਕਿ ਕਰਕ ਕਲੇਜੇ ਮਾਹੇ, ਕਲੇਜੇ ਦੀ ਪੀੜ ਕੀ ਹੈ? ਸੱਚੀ ਜੀ ਇਹ ਵੀ ਇੱਕ ਪੀੜ ਹੈ, ਪਰ ਇਸ ਪੀੜ ਵਿੱਚ ਉਹ ਦੁੱਖ ਨਹੀਂ ਜਿਹੜਾ ਦੁਨੀਆਂ ਦੀਆਂ ਪੀੜਾਂ ਵਿੱਚ ਦੁੱਖ ਹੈ। ਕਲੇਜੇ ਵਿੱਚ ਇੱਕ ਚੀਜ਼ ਹੈ। ਸੋ ਮੈਂ ਬੇਦਨ ਕਿਸ ਆਖਾਂ ਮਾਈ, ਮੇਰੀ ਪੀੜ ਨੂੰ ਮੈਂ ਕਿਹਨੂੰ ਦੱਸਾਂ ਮੈਨੂੰ ਦਰਦ ਕੀ ਹੁੰਦੀ ਹੈ? ਸੋਕਤ ਜਾਣੈ ਪੀਰ ਪਰਾਈ ਜਾਂ ਕੈ ਅੰਤਰ, ਦਰਦ ਨਾ ਪਾਈ ਜਿੰਨਾ ਅੰਦਰ ਉਮਰ ਥਲ, ਸਹੀ ਜਾਣਨ ਸੂਲੀਆਂ। ਕਹਿੰਦੇ ਦਰਦ ਖੈ ਕਲੇਜੇ ਚ ਖੈ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣੀ ਕਰਕ ਕਲੇਜੇ ਮਾਹੇ, ਕਲੇਜੇ ਵਿੱਚ ਦਰਦ ਖੈ। ਪਿਆਰਿਓ ਮੈਂ ਉਸ ਦਿਨ ਕਿਹਾ ਸੀ ਇਹਦੇ ਚ ਇਹ ਨੀ ਖੁਲਾਸਾ ਕੀਤਾ ਵੀ ਕਲੇਜੇ ਦੀ ਦਰਦ ਕੀ, ਇਹਦਾ ਉਰਦੂ ਵਿੱਚ ਤਰਜਮਾ ਕੀਤਾ ਸੀ। ਮੈਂ ਅੱਜ ਉਹ ਦੁਬਾਰਾ ਫਿਰ ਰਿਪੀਟ ਕਰ ਦੇਣਾ ਦੋ ਸਤਰਾਂ। ਉਹਦੇ ਚ ਮਹਾਰਾਜ ਜਦੋਂ ਵੈਦ ਪਕੜਦਾ ਬਾਂ, ਤੇ ਉਰਦੂ ਦਾ ਵਿਦਵਾਨ ਕਹਿੰਦਾ ਵੈਦ ਨੇ ਜਬ ਨਬਜ਼ ਪਕੜੀ ਤੋ ਆਪਨੇ ਫੌਰਨ ਕਹਾ, ਨਬਜ਼ ਪਕੜੀ ਬੋਲਣ ਲੱਗ ਪਏ, ਵੈਦ ਨੇ ਜਬ ਨਬਜ਼ ਪਕੜੀ ਤੋ ਆਪਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਪਕੜ ਟਡੋਲੇ ਬਾਂ, ਤੂੰ ਕੀ ਦੇਖਣਾ ਮੇਰੀਆਂ ਨਬਜ਼ਾਂ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ, ਉਰਦੂ ਵਿੱਚ ਜੁਸਤ ਜੂ ਕਹਿੰਦੇ ਆ ਖੋਜ ਨੂੰ ਲੱਭਣਾ, ਜਿਸ ਰੋਗ ਦੀ ਖੋਜ ਵਿੱਚ ਤੂੰ ਬਾਹਾਂ ਪਕੜੀ ਬੈਠਾ, ਆ ਮੈਂ ਤੈਨੂੰ ਦੱਸਾਂ, ਛੱਡ ਦੇ ਬਾਂ ਵੈਦਾ, ਮੈਂ ਦੱਸਣਾ ਕਿਹੜਾ ਰੋਗ ਹੈ। ਵੈਦ ਨੇ ਜਬ ਨਬਜ਼ ਦੇਖੀ ਤੋ ਆਪਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ, ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ, ਨਬਜ਼ ਪੇ ਰੱਖਤੇ ਹੋ ਹਾਥ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਮੈਨੂੰ ਪੀੜ ਇੱਕ ਹੈ, ਤੇਰੇ ਕੋਲ ਦਵਾਈ ਕੋਈ ਨਹੀਂ ਵੈਦਾ, ਮੁਝੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ, ਮਤਾਂ ਤੂੰ ਇਸ਼ਕ ਦੇ ਅਰਥ ਮਜਾਜੀ ਕਰੀ ਜਾਏ, ਮੈਂ ਇਸ਼ਕ ਕਰਨਾ ਵਾ ਮਹਿਬੂਬ ਰੱਬ ਨੂੰ, ਮੈਨੂੰ ਦਰਦ ਇਸ਼ਕ ਦੀ ਜਿਹੜਾ ਇਲਾਜ ਤੇਰੇ ਕੋਲ ਕੋਈ ਨਹੀਂ। ਹੁਣ ਜਦੋਂ ਬਾਬਾ ਜੀ ਨੇ ਸ਼ਲੋਕ ਕਿਹਾ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਵੈਦ ਨੇ ਬਾਂਹ ਛੱਡ ਦਿੱਤੀ, ਬਾਬਾ ਕਾਲੂ ਫਿਰ ਇੱਕ ਭੈ ਖਾ ਗਿਆ, ਵੈਦ ਨੂੰ ਉਹ ਕੁਝ ਹੋ ਗਿਆ ਜੋ ਕੁਝ ਪੰਡਿਤ ਹਰਦਿਆਲ ਨੂੰ ਹੋਇਆ ਹੈ, ਪਾਂਧੇ ਨੂੰ ਹੋਇਆ। ਉਹਨੇ ਕਿਹਾ ਮੈਨੂੰ ਲੱਗਦਾ ਵੈਦ ਵੀ ਅੱਜ ਮੱਥਾ ਟੇਕ ਕੇ ਜਾਏਗਾ, ਕੀ ਹੈ ਮੇਰੇ ਬੱਚੇ ਕੋਲ? ਮਹਾਰਾਜ ਜੀ ਨੇ ਕਿਹਾ ਛੱਡ ਵੈਦ, ਮੈਨੂੰ ਇੱਕ ਗੱਲ ਦੱਸ, ਤੁਸੀਂ ਇਲਾਜ ਕਰ ਦਿਓ। ਵੈਦ ਨੇ ਬਿਲਕੁਲ ਝੋਲਾ ਨਹੀਂ ਖੋਲਿਆ ਜੀ, ਨਬਜ਼ ਪਕੜਨ ਵਾਲੀਆਂ ਉਂਗਲਾਂ ਜਿਹੜੀਆਂ ਹੱਥ ਜੁੜ ਗਏ। ਸਤਿਗੁਰੂ ਕਹਿੰਦੇ ਮੈਨੂੰ ਇੱਕ ਗੱਲ ਦੱਸੋ ਵੈਦ ਜੀ, ਤੁਸੀਂ ਬੜੇ ਚਿਰ ਦਾ ਇਲਾਜ ਕਰਦੇ ਹੋ ਲੋਕਾਂ ਦਾ, ਮੈਨੂੰ ਦੱਸੋ ਬਿਮਾਰੀਆਂ ਕਿੰਨੀਆਂ ਹੁੰਦੀਆਂ ਨੇ, ਰੋਗ ਕਿਹੜੇ ਕਿਹੜੇ ਆ? ਇਹ ਮੈਂ ਸਾਰੇ ਬਾਣੀ ਚੋਂ ਬੇਨਤੀ ਕਰਨੀ, ਦੋ ਸ਼ਬਦ ਨੇ, ਮੈਂ ਉਹ ਕੁਝ ਕੋਈ ਹਿੱਸਾ ਆਪਣਾ ਲੈਣਾ। ਮੈਨੂੰ ਦੱਸੋ ਇਹ ਬਿਮਾਰੀ ਕਿਵੇਂ ਲੱਗਦੀ ਹੈ, ਇਹ ਦੁੱਖ ਕਿੱਥੋਂ ਉਪਜਦੇ ਆ, ਇਹਨਾਂ ਦੁੱਖਾਂ ਦੀ ਦਵਾਈ ਕੀ ਹੈ? ਵੈਦ ਕਹਿੰਦਾ ਮਹਾਰਾਜ ਮੇਰੇ ਮੁਤਾਬਕ ਤਾਂ ਮੈਂ ਆ ਪਿੱਤ ਵਾਤ ਆਦਿ ਕੋ ਰੋਗ ਦੱਸਣ ਲੱਗਾ, ਤਾਪ ਹੁੰਦਾ, ਬੁਖਾਰ ਹੁੰਦਾ, ਪੀੜ ਹੁੰਦੀ, ਆ ਕੁਝ। ਗੁਰੂ ਸਾਹਿਬ ਕਹਿੰਦੇ ਨਹੀਂ, ਮੈਨੂੰ ਉਸ ਬਿਮਾਰੀ ਬਾਰੇ ਦੱਸੋ ਜਿਹੜੀ ਰੱਬ ਤੋਂ ਤੋੜਦੀ ਹੈ, ਉਹ ਇਲਾਜ ਹੈਗਾ ਤੁਹਾਡੇ ਕੋਲ? ਸਾਰਾ ਪਰਿਵਾਰ ਚੁੱਪ, ਹਰਦਾਸ ਚੁੱਪ। ਮਹਾਰਾਜ ਕਹਿੰਦੇ ਬੋਲੋ, ਮੈਨੂੰ ਦੱਸੋ ਕਿਹੜੇ ਦੁੱਖ ਨੇ, ਕਿਹੜੀ ਬਿਮਾਰੀ ਹੈ ਜਿਹਨੇ ਸਾਰੀ ਦੁਨੀਆਂ ਨੂੰ ਖਾ ਲਿਆ? ਵੈਦਾਂ ਮੈਂ ਵੀ ਚਾਹੁੰਦਾ, ਮੈਨੂੰ ਦੱਸ ਇਲਾਜ ਕਿੱਥੇ ਹੈ? ਗੁਰਮੁਖ ਉਸ ਵੈਦ ਨੇ ਚਰਨ ਪਕੜ ਲਿਆ, ਬਜ਼ੁਰਗ ਨੇ, ਕਹਿੰਦਾ ਨਾਨਕ ਮੈਂ ਸੱਚ ਤੈਨੂੰ ਦੱਸਾਂ, ਮੈਂ ਸਿਰਫ ਸਰੀਰ ਦੀਆਂ ਬਿਮਾਰੀਆਂ ਕੋਈ ਜਾਣਨਾ, ਤੇਰੀਆਂ ਰਮਜ਼ਾਂ ਤੂੰ ਹੀ ਜਾਣੇ, ਮੈਨੂੰ ਦੱਸ ਸੀ ਤੂੰ ਕਹਿਣਾ ਕੀ ਚਾਹੁੰਦਾ ਹੈ? ਉੱਥੇ ਫਿਰ ਕਹਿੰਦੇ ਤਬ ਬਾਬਾ ਬੋਲਿਆ, ਕੀ ਬੋਲਿਆ? ਦੁੱਖ ਵਿਛੋੜਾ ਇੱਕ ਦੁੱਖ ਭੂਖ, ਅਸਲ ਚ ਪੂਰੇ ਸ਼ਬਦ ਇਹ ਨੇ ਵੈਦ ਨਾਲ ਸੰਬੰਧਿਤ, ਇਹ ਆਪਾਂ ਥੋੜੇ ਜਿਹੇ ਅਰਥ ਲੈਣੇ ਚ ਸਭ ਕੁਝ ਆ ਜਾਣਾ। ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਦਰਦ ਹੋਵੇ ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੇ ਨਾ ਵੀਰ, ਖਸਮ ਵਿਸਾਰ ਕੀ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ,
वैद ना भोले दारू लाए। बस इतों तक असि शब्द ले लिए, आप सब ने सुनिया ये की है। मैं एक दिन कहा सी गुरु ग्रंथ साहिब विच दुखां दा जिक्र कीता, गिनती दसी तीन दुख आप पढ़ने, तीने ताप निवारण कारा दुख हंता सुख रास, तीने ताप क्या। आप जी बाणी च पाठ कर दे हो ते महाराज आद ब्याद उपाद शब्द भी वरदे, कई थां ते कला इपाद उपाद वरदे, जे हर सिमरन भया तह उपाद गत की नहीं, उथे उपाद शब्द है। पर तिना तापां दा जिक्र कर देने आद ब्याद उपाद, ए बेजी जमांदरू लगे रोग, इथे जन्म लैके लगे रोग, ते कुदरती आफतां जिहड़ियां डिग पैण, जिवें खड्ड डिग आ गया, बिजली डिग पई। महाराज ने यह अर्थ ही नहीं किते जी, कहिंदे सब तो पहला वैद जी जिहड़ा रोग है, पहला दुख है दुख विछोड़ा, चार दुख दसे, पहला दुख विछोड़ा कह वैद। कहिंदा जी महाराज इह किवें, कहन लगे जिथे विछोड़ा पएगा उथे दुख जन्म लेगा, भावे जड़ होवे चेतन होवे बंदा होवे पशु होवे पंछी होवे, जिथे विछोड़ा पैंदा उथे दुख जन्म लैंदा। इहनू बाणी च देखो बाबा जी दा इक बचन है वारां ते वधीक च, देखो उस विच सतगुरु ने एक बख्शिश कीती। महाराज बचन करदे आ उथे उदाहरण दित्ती सरोवर दी, मेरा ख्याल बड़ी बड़ी गुरमुख प्यारे कथावाचक पब्बर तू हरियावला वो शब्द पढ़ दे। सरोवर पानी नाल भरिया बिल्कुल साफ पानी, विच कमल दे फुल ने, फुलां ते भवरे ने, गुरु साहब रुकदे आ। जदों कुछ दिनों बाद देखदे हो महाराज देखदे आ सारा पानी काला हो गया, फुल सड़ गए, जिथे सुगंधी सी उथे बदबू आउंदी पई गंदी। महाराज सरोवर नूं पुछदे आ इह सानू समझाउण लई, गुरमुखो ਇਹ ਕਿਤੇ ਉਹ ਕਵਿਤਾ ਨਹੀਂ ਕਿ ਆਪਣੇ ਸ਼ਬਦਾਂ ਦਾ ਪ੍ਰੋ ਕਿਤੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਵਿਦਵਤਾ ਨਾਲ। ਸਰੋਵਰ ਦਾ ਪਾਣੀ ਕਾਲਾ ਬਦਬੋ ਮਾਰੇ, ਮਹਾਰਾਜ ਕਹਿੰਦੇ ਆ ਤੈਨੂੰ ਕੀ ਹੋ ਗਿਆ ਓਏ, ਤੂੰ ਚੰਗਾ ਭਲਾ ਸੈਂ, ਤੇਰੇ ਕੋਲ ਸੁਗੰਧੀ ਤੇਰੇ ਕੋਲ ਨਿਰਮਲਤਾ ਹੀ। ਉੱਥੇ ਮਹਾਰਾਜ ਨੇ ਕਿਹਾ ਪੱਬਰ ਪਦਮਾਕਰ ਕਮਲ ਦਾ ਫੁੱਲ, ਇਹਦਾ ਮਤਲਬ ਜਿੱਥੇ ਕਮਲ ਦਾ ਫੁੱਲ ਸਰੋਵਰ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਤੇਰੇ ਉੱਤੇ ਕਮਲ ਦੇ ਫੁੱਲ ਪੀਲੇ ਚਿੱਟੇ ਇਸ ਤਰ੍ਹਾਂ ਤਰਦੇ ਸਨ ਜਿਵੇਂ ਸੋਨਾ ਚੱਲਦਾ ਹੋਵੇ ਤਰਦਾ ਹੋਵੇ। ਕਵਲਾ ਕੰਚਨ ਵਨ ਕਹਿ ਦੋਖੜੇ ਸੜਿਓ ਹੈ, ਆ ਵੈਦਾ ਮੈਨੂੰ ਦੱਸ ਤੈਨੂੰ ਦੱਸਾਂ ਦੋ ਵਿਛੋੜਾ ਦੋ ਕੀ, ਕਹਿ ਦੋਖੜੇ ਸੜਿਓ ਹੈ ਕਾਲੀ ਹੋਈ ਆ ਦਿਓਹਰੀ, ਨਾਨਕ ਮੈਂ ਤਨ ਭੰਗ, ਇਸ ਤਨ ਵਿੱਚ ਕੀ ਨੁਕਸ ਪੈ ਗਿਆ, ਤੇਰਾ ਜੁੱਸਾ ਤੇਰਾ ਪਾਣੀ ਸਾਰਾ ਕਾਲਾ ਹੋ ਗਿਆ। ਅੱਗੇ ਸ਼ਬਦ ਬਾਬਾ ਜੀ ਦੇਈਏ, ਸਰੋਵਰ ਬੋਲ ਕੇ ਕਹਿੰਦਾ ਜਾਣਾ ਜਾਣਾ ਦਰ ਤੇ, ਬਾਬਾ ਮੈਨੂੰ ਸਮਝ ਮੇਰੇ ਨਾਲ ਕਿਉਂ ਭਾਣੇ ਵਾਪਰੇ, ਕਿਉਂ ਮੈਂ ਕਾਲਾ ਹੋ ਗਿਆ, ਕਿਉਂ ਬਦਬੋ ਆਉਂਦੀ ਹੈ। ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਬਾਬਾ ਜੀ ਜਿਸ ਚਸ਼ਮੇ ਚੋਂ ਮੇਰੇ ਚ ਪਾਣੀ ਆਉਂਦਾ ਸੀ ਮੈਂ ਆਪਣੇ ਮੂਲ ਤੋਂ ਟੁੱਟ ਗਿਆ, ਚਸ਼ਮੇ ਤੋਂ ਟੁੱਟ ਗਿਆ ਵਾਂ। ਤੇ ਜਦੋਂ ਆਪਣੇ ਮੂਲ ਤੋਂ ਟੁੱਟ ਜਾਈਏ ਤੇ ਚੰਗੇ ਪਾਣੀ ਵੀ ਕਾਲੇ ਹੋ ਕੇ ਬਦਬੋ ਮਾਰਨ ਲੱਗ ਪੈਂਦੇ, ਵਿਛੋੜਾ ਪੈ ਗਿਆ ਮੈਨੂੰ ਦੁੱਖ ਵਿਛੋੜਾ। ਹਰਦਾਸ ਸੁਣ ਰਿਹਾ ਮਹਾਰਾਜ ਕਹਿੰਦੇ ਨੇ ਜਾਣਾ ਪਾਣੀ ਨਾਲ ਹਾਂ ਜੈ ਸੇਤੀ ਮੇਰਾ ਸੰਗ, ਜਿਤ ਡਿੱਠੇ ਤਨ ਪਰ ਫੜੇ ਚੜੇ ਚਵਗਣ ਵਨ, ਪਾਣੀ ਸੋਮੇ ਤੋਂ ਵਿਛੜੇ ਕਾਲਾ ਹੋ ਜਾਂਦਾ ਹੈ, ਤੇ ਜਿਹੜਾ ਸਿੱਖ ਬਾਣੀ ਤੋਂ ਵਿਛੜੇ ਉਹਦਾ ਅੰਦਰ ਕਾਲਾ ਹੋ ਜਾਂਦਾ। ਸੱਚੀ ਮੁੱਚੀ ਉਹ ਬਦਬੋ ਮਾਰਦਾ ਜੀ, ਉਹਦੇ ਕੋਲ ਨੌਲੇਜ ਰਹਿ ਜਾਂਦੀ ਬਾਣੀ ਵਾਲੀ, ਅੰਦਰੋਂ ਟੁੱਟ ਗਿਆ। ਇਹਨੂੰ ਫਿਰ ਬੇਨਤੀ ਸੁਣਿਓ, ਜਦੋਂ ਕੋਈ ਬੰਦਾ ਅੰਦਰੋਂ ਟੁੱਟ ਜਾਏ ਨਾ, ਇਹਦਾ ਮਤਲਬ ਇਹ ਨਹੀਂ ਕਿ ਉਹਨੂੰ ਸ਼ਬਦ ਭੁੱਲ ਗਏ, ਉਹਨੂੰ ਸ਼ਬਦ ਵੀ ਚੇਤੇ ਰਹਿੰਦੇ ਨੇ, ਸਾਖੀਆਂ ਵੀ ਚੇਤੇ ਰਹਿੰਦੀਆਂ ਨੇ, ਪਰ ਜਦੋਂ ਬੰਦਾ ਅੰਦਰੋਂ ਟੁੱਟ ਜਾਏ ਉਹਦੇ ਬੋਲਾਂ ਵਿੱਚੋਂ ਬਦਬੋ ਆਉਣ ਲੱਗ ਪੈਂਦੀ। ਆਪਾਂ ਕਹਾਂ ਜੀ ਬਾਣੀ ਦੀ ਬੇਅਦਬੀ, ਬਾਣੀ ਦੀ ਬੇਅਦਬੀ ਨਹੀਂ, ਸੱਤੇ ਬਲਵੰਡ ਨੂੰ ਬਿਲਕੁਲ ਆਸਾ ਕੀ ਵਾਰ ਨਹੀਂ ਭੁੱਲੀ, ਮੈਂ ਕਿਤੇ ਨਹੀਂ ਪੜਿਆ। ਸੱਤਾ ਬਲਵੰਡ ਜੀ ਨੂੰ ਕਿਤੇ ਰਾਗ ਨਹੀਂ ਭੁੱਲੇ, ਪਰ ਜਦੋਂ ਗੁਰੂ ਦੀ ਮਿਹਰ ਦਾ ਅੰਦਰੋਂ ਵਿਛੋੜਾ ਪੈ ਗਿਆ, ਲੋਕਾਂ ਨੂੰ ਠੰਡ ਪਹੁੰਚਾਉਣ ਵਾਲਿਆਂ ਦੇ ਤਨ ਨੂੰ ਕੋੜ ਦਾ ਰੋਗ ਲੱਗ ਗਿਆ ਸੀ। ਵਿਛੋੜਾ ਸਭ ਤੋਂ ਵੱਡਾ ਦੁੱਖ ਹੈ ਜੀ, ਕੱਲਾ ਇਹ ਨਹੀਂ, ਫੁੱਲ ਟੁੱਟ ਜਾਏ ਵਿਛੋੜਾ ਮੁਰਝਾ ਜਾਂਦਾ ਹੈ। ਮੈਂ ਬੇਨਤੀ ਕਰਾਂ, ਬਾਣੀ ਤਾਂ ਇੱਥੋਂ ਤੱਕ ਆਇਆ ਹੈ ਕਿ ਸੰਖ ਪੂਰਦੇ ਸਨ ਲੋਕੀ, ਕਈ ਗੁਰਦੁਆਰਿਆਂ ਚ ਵੀ ਪੂਰਦੇ ਹੁੰਦੇ ਸਨ ਪਹਿਲਾਂ, ਜਦੋਂ ਸੰਖ ਪੂਰਦੇ ਨੇ, ਆਪਾਂ ਕਿ ਸੰਖ ਵਜਾਉਂਦੇ ਤੇ ਪੂਰਦੇ ਕਹਿੰਦੇ ਸਨ, ਸੰਖ ਪੂਰਦੇ ਨੇ, ਉਹਦੀ ਆਵਾਜ਼ ਬੜੀ ਡਰਾਵਨੀ ਹੁੰਦੀ, ਬਹੁਤ ਦੂਰ ਤੱਕ ਜਾਂਦੀ,
ਬਾਣੀ ਚ ਇੱਕ ਬਚਨ ਕਹਿ ਕਿ ਆਵਾਜ਼ ਬੜੀ ਉੱਚੀ ਨਿਕਲੀ ਸੰਖ ਦੀ ਤੇ ਕਬੀਰ ਸਾਹਿਬ ਦਾ ਸ਼ਲੋਕ ਇਹ ਕਹਿਣ ਲੱਗੇ ਸੰਖ ਆ ਸਵੇਰੇ ਸਵੇਰੇ ਜਦੋਂ ਦਿਨ ਚੜ੍ਹਦਾ ਤੇਰੀ ਆਵਾਜ਼ ਲੋਕਾਂ ਦੇ ਘਰਾਂ ਤੱਕ ਜਾਂਦੀ ਏ ਪੁਜਾਰੀ ਤੈਨੂੰ ਸਾਫ਼ ਕਰਕੇ ਰੱਖਦਾ ਮੂਰਤੀ ਦੇ ਚਰਨਾਂ ਚ ਰੱਖਦਾ ਤੇਰੀ ਖੁਸ਼ੀ ਉਹ ਸੰਖ ਕਹਿੰਦਾ ਨਹੀਂ ਨਹੀਂ ਇਹ ਖੁਸ਼ੀ ਨਹੀਂ ਮੈਂ ਉੱਚੀ ਢਾਹਾਂ ਮਾਰ ਕੇ ਰੋਨਾ ਵਾਂ ਭਗਤ ਸਾਹਿਬ ਸਮਝਾਉਣ ਲਈ ਜੀ ਕਹਿੰਦੇ ਤੂੰ ਰੋਨਾ ਕਹਿੰਦਾ ਬਿਲਕੁਲ ਮੈਂ ਰੋਨਾ ਕਿਉਂ ਕਹਿੰਦਾ ਮੈਂ ਇੰਨੀ ਉੱਚੀ ਆਵਾਜ਼ ਦੇਣਾ ਕਿ ਸਮੁੰਦਰ ਤੱਕ ਪਹੁੰਚ ਜਾਏ ਤੇ ਆਪਣੀ ਜਾਤ ਦੇ ਸੰਖਾਂ ਨੂੰ ਕਹਿੰਦਾ ਉਹ ਸਮੁੰਦਰ ਦੀਆਂ ਠੋਕਰਾਂ ਖਾ ਲਇਓ ਪਰ ਕਦੀ ਆਪਣੇ ਸਮੁੰਦਰ ਨੂੰ ਨਾ ਛੱਡਿਓ ਜੇ ਛੱਡ ਦਿੱਤਾ ਮੇਰੀ ਤਰ੍ਹਾਂ ਰੁਮਾਲੇ ਕੱਪੜੇ ਤਾਂ ਮੂਰਤੀ ਕੋਲ ਚੰਗੇ ਮਿਲ ਜਾਣਗੇ ਪਰ ਸਵੇਰੇ ਢਾਹਾਂ ਮਾਰਨੀਆਂ ਪੈਣਗੀਆਂ ਵਿਛੋੜਾ ਦੁੱਖ ਨੂੰ ਜਨਮ ਦਿੰਦਾ ਹੈ ਗੁਰੂ ਸਾਹਿਬ ਕਹਿੰਦੇ ਉਹਨੂੰ ਸਮਝੇ ਅੱਜ ਵੀ ਸੱਚੀ ਲਓ ਮੈਂ ਬੇਨਤੀ ਕਰਾਂ ਜੇ ਬਾਬਾ ਜੀ ਦੇ ਇਸ ਗੱਲ ਨੂੰ ਪੂਰੀ ਮਾਨਵਤਾ ਸਮਝ ਜਾਏ ਘਰ ਚੋਂ ਸ਼ੁਰੂ ਕਰੀਏ ਸੱਚੀ ਮੁੱਚੀ ਸਾਡੇ ਅੰਦਰ ਦੀ ਕਲਪਨਾ ਦਾ ਇੱਕੋ ਕਾਰਨ ਹੈ ਕਿ ਰੱਬ ਤੋਂ ਵਿਛੋੜਾ ਪਿਆ ਹੋਇਆ ਹੈ ਬਾਬਾ ਜੀ ਦਾ ਸ਼ਬਦ ਹੈ ਕਬੀਰ ਰਹਿ ਨਾਇਰ ਵੀ ਸ਼ੋਰਿਆ ਰਹੋ ਰੇ ਸੰਖ ਮਜ਼ੂਰ ਦੇਵਲ ਦੇਵਲ ਤਾੜੀ ਦਿਸ ਹੈ ਦਿਸ ਹੈ ਉਗਵਤ ਸੂਰ ਜਦੋਂ ਸੂਰਜ ਨਿਕਲਦਾ ਫਿਰ ਬੇਨਤੀ ਕਰਾਂ ਕੱਲਾ ਇਹ ਨਹੀਂ ਹੁਣ ਅਸੀਂ ਬੈਠੇ ਹਾਂ ਆਪਣੀ ਬੌਡੀ ਤੇ ਲੈ ਲਓ ਤੰਦਰੁਸਤ ਤਾਂ ਮੰਨ ਲਓ ਤੁਸੀਂ ਕਿਚਨ ਚ ਕੰਮ ਕਰਦੇ ਹੋ ਕਿਤੇ ਕੰਮ ਕਰਦੇ ਹੋ ਛੋਟੀ ਜੀ ਅੱਗ ਦੀ ਚਿੰਗਾੜੀ ਕਿਸੇ ਚੁੰਨੀ ਨੂੰ ਦੁਪੱਟੇ ਨੂੰ ਕੱਪੜੇ ਨੂੰ ਚੋਲੇ ਨੂੰ ਪੈਂਟ ਕੋਟ ਤੇ ਡਿੱਗ ਪਏ ਪਰਿਵਾਰ ਕੀ ਕਰੇਗਾ ਜੋੜੀ ਜੀ ਅੱਗ ਦੀ ਚਿੰਗਾੜੀ ਡਿੱਗੇ ਜਿਹੜਾ ਦੇਖਗਾ ਦੌੜ ਕੇ ਜਾਏਗਾ ਰੋਟੀ ਪਾਣੀ ਚੜ ਕੇ ਬਚੀ ਅੱਗ ਲੱਗ ਗਈ ਕਿਉਂ ਉਹ ਚਾਹੁੰਦਾ ਸੜ ਨਾ ਜਾਏ ਜਿੰਨੀ ਦੇਰ ਤੱਕ ਬੌਡੀ ਵਿੱਚ ਆਤਮਾ ਹੈ ਜੁੜੀ ਹੈ ਉਨੀ ਦੇਰ ਤੱਕ ਗੁਰਮੁਖੋ ਇੱਕ ਚਿੰਗਾੜੀ ਵੀ ਪਰਿਵਾਰ ਬਰਦਾਸ਼ਤ ਨਹੀਂ ਕਰਦਾ ਵੀ ਬਚਾਓ ਇਹਨੂੰ ਜਦੋਂ ਆਤਮਾ ਦਾ ਵਿਛੋੜਾ ਪੈ ਗਿਆ ਸਾਰਿਆਂ ਨੇ ਇਕੱਠੇ ਹੋ ਕੇ ਤੈਨੂੰ ਅੱਗ ਵਿੱਚ ਫੂਕਣਾ ਹੈ ਵਿਛੋੜਾ ਪੈ ਗਿਆ ਨਾ ਦੁੱਖ ਹੈ ਉਹ ਤਿੱਚਰ ਵਸੈ ਸੁਹੇਲੜੀ ਜਿੱਚਰ ਸਾਥੀ ਨਾਲ ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ ਮਨ ਬੈਰਾਗ ਭਇਆ ਦਰਸ਼ਨ ਦੇਖਣਾ ਕਾ ਚਾਓ ਧਨ ਸੋ ਤੇਰਾ ਥਾਨ ਜਿੱਚਰ ਵਸਿਆ ਕੰਤ ਘਰ ਜੀਓ ਜੀਓ ਸਭ ਕਹਾਤ ਜਾਂ ਉੱਠੀ ਚੱਲ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਮੈਂ ਜ਼ਿਆਦਾ ਡਿਟੇਲ ਚ ਨਾ ਜਾਵਾਂ ਸਭ ਤੋਂ ਪਹਿਲਾਂ ਬਾਬਾ ਜੀ ਨੇ ਕਿਹਾ ਵੈਦ ਜੀ ਵਿਛੋੜਾ ਕਿਵੇਂ ਦੂਰ ਹੋਵੇ ਵੈਦ ਕੀ ਬੋਲਣਾ ਸੀ ਚੁੱਪ ਕਰ ਗਿਆ ਮਹਾਰਾਜ ਅਗਲੀ ਗੱਲ ਕਰਦੇ ਆ ਕਹਿੰਦੇ ਪਹਿਲਾ ਦੁੱਖ ਵਿਛੋੜੇ ਦਾ ਹੈ ਇੱਕ ਦੁੱਖ ਵਿਛੋੜਾ ਹੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਇੱਥੇ ਦੂਜਾ ਦੁੱਖ ਆ ਭੁੱਖ ਦਾ ਅਰਥ ਰੋਟੀ ਦਾ ਨਹੀਂ ਜੀ ਭੁੱਖ ਦਾ ਅਰਥ ਜਿਹੜੀ ਅਸੀਂ ਕੱਲ ਪਰਸੋਂ ਵੀ ਗੱਲ ਅੱਜ ਵੀ ਆਉਣਾ ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ ਕਹਿੰਦੇ ਅੰਦਰ ਦੀ ਤ੍ਰਿਸ਼ਨਾ ਬੜਾ ਵੱਡਾ ਦੁਖੀ ਇਹ ਭੁੱਖ ਨਹੀਂ ਜਦੋਂ ਮਰਦੀ ਇਹ ਬੜੇ ਦੁੱਖ ਨੂੰ ਜਨਮ ਦਿੰਦੀ ਹੈ ਸੱਚ ਇਹ ਵੇ ਇਹ ਇੰਨਾ ਚੰਦਰਾ ਦੁੱਖ ਹੈ ਵੈਦ ਜੀ ਆਪਣੇ ਘਰ ਕਹਿਣ ਆਪਣੀ ਰੋਟੀ ਕਹਿ ਆਪਣੀਆਂ ਮੱਝਾਂ ਗਾਵਾਂ ਸਭ ਕੁਝ ਕਹਿ ਅੰਦਰ ਦੀ ਭੁੱਖ ਕਹਿੰਦੀ ਹੈ ਗਵਾਂਢੀ ਦਾ ਸਭ ਕੁਝ ਮੇਰੇ ਕੋਲ ਆ ਜਾਏ ਆਪਣੇ ਨੂੰ ਦੇਖਦਾ ਦੂਜੇ ਨੂੰ ਵੇਖ ਕੇ ਕਲਪੀ ਜਾਂਦਾ ਹੈ ਇਹ ਬੜਾ ਵੱਡਾ ਦੁੱਖ ਹੈ ਇਹ ਭੁੱਖ ਨਹੀਂ ਅੰਦਰ ਦੀ ਜਾਂਦੀ ਪਈ ਤ੍ਰਿਪਤੀ ਨਹੀਂ ਖੁੰਦੀ ਪਈ ਚਲੋ ਰਾਤ ਨੂੰ ਇਹਨੂੰ ਫਿਰ ਆਪਾਂ ਵਾਚਨਾ ਖੈ ਦੁੱਖ ਵਿਛੋੜਾ ਇੱਕ ਦੁੱਖ ਭੁੱਖ ਤੀਸਰਾ ਦੁੱਖ ਇੱਕ ਦੁੱਖ ਸਖਤ ਵਾਰ ਜਮਦੂਤ ਵੈਦ ਜੀ ਕਦੀ ਦਵਾਈ ਲੱਭੀ ਜੇ ਜਿਹੜੀ ਮੌਤ ਦੇ ਭੈ ਤੋਂ ਮੁਕਤ ਕਰੇ ਸਖਤ ਵਾਰ ਦਾ ਲਫ਼ਜ਼ੀ ਅਰਥ ਸ਼ਕਤੀਸ਼ਾਲੀ ਤਾਕਤ ਵਾਲਾ ਜਮਦੂਤ ਮੌਤ ਸਿਰ ਤੇ ਕੂਕਦੀ ਹੈ ਮੈਨੂੰ ਦਵਾਈ ਦਿਓ ਉਹ ਦਵਾਈ ਦਿਓ ਜਿਹਦੇ ਖਾਣ ਨਾਲ ਮੌਤ ਦਾ ਭੈ ਵੀ ਮੁਕਤ ਹੋ ਜਾਏ ਜਮਦ ਮੌਤ ਦਾ ਸੱਚੀ ਮੁੱਚੀ ਬੜਾ ਵੱਡਾ ਭੈ ਵੇ ਤੇ ਜਿਉਂ ਜਿਉਂ ਬੰਦੇ ਕਿਸੇ ਨੂੰ ਸਮਝ ਪੈਂਦੀ ਏ ਉਂਜ ਮੈਂ ਬੇਨਤੀ ਕਰਾਂਗਾ ਮੌਤ ਦਾ ਚੇਤੇ ਰਹਿਣਾ ਵੀ ਇੱਕ ਰੱਬ ਦੀ ਕਿਰਪਾ ਹੈ ਬੰਦਿਆਂ ਨੂੰ ਚਾਰ ਗੱਲਾਂ ਕਿਸੇ ਨੂੰ ਨਹੀਂ ਭੁੱਲਦੀਆਂ ਇਹ ਬਾਣੀ ਚ ਬਾਬਾ ਜੀ ਨੇ ਕਹੀਆਂ ਤੇ ਦੋ ਸਾਰੇ ਧਰਮ ਸਥਾਨ ਗੁਰਦੁਆਰੇ ਚ ਦੋ ਰੋਜ਼ ਹੀ ਕੂਕੀਆਂ ਜਾਂਦੀਆਂ ਨੇ ਰੋਟੀ ਕਦੀ ਕਿਸੇ ਨੂੰ ਭੁੱਲੀ ਨਹੀਂ ਪਿਆਸ ਲੱਗੇ ਪਾਣੀ ਵਾਸਤੇ ਕਥਾ ਨਹੀਂ ਕਰਨੀ ਪੈਣੀ ਹੱਸਣ ਵਾਸਤੇ ਪ੍ਰੇਰਦੇ ਨਹੀਂ ਖਾਣਾ ਪੀਣਾ ਹੱਸਣਾ ਸੌਣਾ
ਇਹ ਚਾਰ ਕਦੀ ਨਹੀਂ ਭੁੱਲੇ ਜੀ। ਇਹ ਨਿੱਕੇ ਬੱਚੇ ਅਨਪੜ੍ਹ ਬੰਦੇ ਨੂੰ ਵੀ ਚੇਤੇ ਨੇ, ਖਾਣਾ ਪੀਣਾ ਹੱਸਣਾ ਸੌਣਾ ਚਾਰ ਚੇਤੇ ਨੇ, ਦੋ ਭੁੱਲ ਗਏ ਨੇ। ਵਿਸਰ ਗਿਆ ਹੈ ਮੌਤ ਵਿਸਰ ਗਈ, ਮਿਸਰ ਗਿਆ ਹੈ ਮਰਨਾ, ਖਸਮ ਵਿਸਾਰ ਦੂਜਾ ਰੱਬ ਵਿਸਰ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਸ੍ਰੀ ਅੰਮ੍ਰਿਤਸਰ ਆਏ ਨਾ ਜੀ, ਗਵਾਲੀਅਰ ਦੇ ਕਿਲੇ ਤੋਂ ਜਹਾਂਗੀਰ ਨਾਲ ਆਇਆ, ਆਪ ਨੂੰ ਪਤਾ ਹੋਣਾ। ਉਹਦੀ ਜਿਹੜੀ ਬੇਗਮ ਸੀ ਨੂਰ ਜਹਾਂ, ਮਾਤਾ ਗੰਗਾ ਜੀ ਦੇ ਕੋਲ ਵੀ ਗਏ, ਪਰ ਇਹ ਗੱਲ ਕਹੀ ਕਿ ਤੁਹਾਡੇ ਕੀਤੇ ਹੋਏ ਕਾਰਨਾਮੇ ਦਾ ਰੱਬ ਦੀ ਦਰਗਾਹ ਦੇ ਵਿੱਚ ਫੈਸਲੇ ਹੋਣਗੇ। ਉਸ ਵਕਤ ਨੂਰ ਜਹਾਂ ਨੇ ਇੱਕ ਸਵਾਲ ਕੀਤਾ ਮਹਾਰਾਜ ਦੇ, ਛੱਟਮ ਗੁਰਭਾਰੀ ਸਤਬੀਰ ਸਿੰਘ ਹੋਣਾ ਲਿਖਿਆ ਹੈ, ਉਹਨੇ ਗੱਲ ਪੁੱਛੀ, ਕਿਉਂਕਿ ਮਹਾਰਾਜ ਸੋਹਣੇ ਬਹੁਤ ਸਨ, ਗੁਰੂ ਹਰਗੋਬਿੰਦ ਸਾਹਿਬ ਸੋਹਣੇ ਦਾ ਅਰਥ ਸਰੀਰਕ ਤੌਰ ਤੇ, ਇੱਕ ਜਵਾਨ ਇੰਨੇ ਸਨ ਜੀ। ਮੈਂ ਇੱਕ ਦਿਨ ਕਿਹਾ ਸੀ ਜਿਹੜਾ ਕੁੜਾਣੀ ਮਹਾਰਾਜ ਦਾ ਚੋਲਾ ਪਿਆ ਹੈ ਨਾ ਲੁਧਿਆਣੇ ਨੇੜੇ, ਤੁਸੀਂ ਇੱਥੋਂ ਹਿਸਾਬ ਲਾ ਲਿਓ ਕਿ ਮਹਾਰਾਜ ਦੀ ਜਿਹੜੀ ਆਹ ਬਾਂਹ ਹੈ ਨਾ ਜੀ ਸੱਜੇ ਹੱਥ ਦੀ, ਉਹ 42 ਇੰਚ ਹੈ। 42 ਇੰਚ ਤਾਂ ਸਾਡੇ ਚੋਲੇ ਦੀ ਆਹ ਲੰਬਾਈ ਨਹੀਂ ਹੁੰਦੀ, 42 ਇੰਚ ਮਹਾਰਾਜ ਜੀ ਦੀ ਲੰਮੀ ਬਾਂਹ ਹੈ ਇਹ। ਸਿਰਫ ਇਹਦੀ ਇੱਕ ਘੋੜਾ ਪੈਰ ਤੋਂ ਵੱਧ ਨਹੀਂ ਸੀ ਕੱਢਦਾ ਜੀ, ਇਸੇ ਕਰਕੇ ਉਹਨਾਂ ਸ਼ਬਦ ਵਰਤਿਆ ਛੱਠਮ ਪੀਰ ਬੈਠਾ ਗੁਰ ਭਾਰੀ। ਮਹਾਰਾਜ ਸੋਹਣੇ ਜਵਾਨ ਬਹੁਤ, ਉਹਨੇ ਇੱਕ ਸਵਾਲ ਕੀਤਾ ਜੀ, ਉਹ ਜੀ ਬਿਰਤੀ ਹੋਵੇ ਬੰਦੇ ਦੀ, ਕਹਿੰਦੇ ਨੇ ਵੀ ਇੰਨਾ ਸੁਹਾਪਣ ਇੱਥੇ, ਚਲੋ ਉਹਨੇ ਹੋਰ ਬਿਰਤੀ ਨਾਲ ਦੇਖਿਆ, ਦੌਲਤ ਇੱਥੇ, ਉਹਨੇ ਕਿਹਾ ਕਦੀ ਤੁਹਾਡਾ ਚਿੱਤ, ਮੈਂ ਕਹਾਂਗਾ ਸਵਾਲ ਉਹਦਾ ਮੂਰਖਾਂ ਵਾਲਾ ਹੈ, ਇਹ ਇਹ ਸਿੱਖ ਨਹੀਂ ਕਰ ਸਕਦਾ, ਇੰਨਾ ਸੁਹਾਪਣ, ਇੰਨਾ ਜੋਬਨ, ਇੰਨੀ ਦੌਲਤ, ਕਦੀ ਦੂਜੇ ਪਾਸੇ ਫੁਰਨਾ ਕੋਈ। ਮਹਾਰਾਜ ਕਹਿੰਦੇ ਨੇ ਇੱਕ ਮੌਤ ਤੇ ਦੂਜਾ ਰੱਬ ਅਸੀਂ ਕਦੀ ਨਹੀਂ ਭੁੱਲਦੇ ਹੁੰਦੇ, ਕਦੀ ਤੁਸੀਂ ਦੇਖਿਓ। ਮੇਰੀ ਬੇਨਤੀ ਸੁਣੋ ਗੁਰਮੁਖੋ, ਜਦੋਂ ਅਸੀਂ ਮੁਸੀਬਤ ਵਿੱਚ ਕਿਤੇ ਫਸਨੇ ਆ ਨਾ, ਮੰਨ ਲਓ ਕੋਈ ਦੁੱਖ ਹੈ, ਇੱਥੋਂ ਤੱਕ ਕਿ ਜਿਸ ਬੰਦੇ ਨੂੰ ਪਤਾ ਲੱਗ ਜਾਏ ਡਾਕਟਰ ਜਵਾਬ ਦੇ ਦਿੱਤਾ ਮੈਂ ਬਚਣਾ ਕੋਈ ਨਹੀਂ, ਅਕਸਰ ਬੰਦੇ ਜਿਹੜੇ ਨੇ ਉਹਨਾਂ ਲੋਕਾਂ ਨੂੰ ਬੁਲਾ ਕੇ ਮਾਫੀਆਂ ਮੰਗ ਲੈਂਦੇ ਆ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਲੜਦੇ ਰਹਿੰਦੇ ਆ, ਉਹ ਬੰਦੇ ਨੂੰ ਸਮਝ ਪੈ ਜਾਂਦੀ ਬਸ ਹੁਣ ਕਹਾਣੀ ਖਤਮ ਹੈ। ਮੌਤ ਇੱਕ ਬਹੁਤ ਵੱਡਾ ਭੈ ਹੈ, ਗੁਰੂ ਸਾਹਿਬ ਸ਼ਬਦ ਵਰਤਦੇ ਆ, ਇੱਕ ਦੁੱਖ ਸਖਤ ਵਾਰ ਜਮਦੂਤ, ਮੌਤ ਦਾ ਭੈ ਕਿਵੇਂ ਮੁਕ। ਹਰਦਾਸ ਕਹਿੰਦਾ ਬਸ ਸੁਣਾਈ ਜੋ ਹੁਣ ਮੈਂ ਉੱਤਰ ਨਹੀਂ ਕੋਈ ਦੇਣਾ, ਮੇਰੇ ਕੋਲ ਕੋਈ ਨਹੀਂ ਇਹ ਗੱਲਾਂ। ਮਹਾਰਾਜ ਕਹਿਣ ਲੱਗੇ ਪਹਿਲਾ ਦੁੱਖ ਵਿਛੋੜਾ, ਦੂਜਾ ਦੁੱਖ ਅੰਦਰ ਦੀ ਤ੍ਰਿਸ਼ਨਾ, ਤੀਸਰਾ ਦੁੱਖ ਜਮਦੂਤ ਦਾ। ਚਲੋ ਮੈਂ ਸਿਰਫ ਬਿਲਕੁਲ ਸੰਖੇਪ ਲਿਆ, ਜੇ ਇਹਦੇ ਤੇ ਜਿੰਨੇ ਦਿਨ ਮਰਜ਼ੀ ਮਹਾਰਾਜ ਦੀ ਬਾਣੀ ਚੋਂ ਲਈ ਜੋ ਬਖਸ਼। ਚੌਥਾ ਦੁੱਖ, ਕਹਿਣ ਲੱਗੇ ਚੌਥਾ ਦੁੱਖ ਆ ਜਿਹੜੀ ਬਿਮਾਰੀ ਝੋਲਾ ਤੋਂ ਚੁੱਕੀ ਫਿਰ ਰਹੇ, ਚੌਥੇ ਨੰਬਰ ਚ ਆਉਂਦਾ ਹੈ। ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ, ਤਨ ਧਾਏ ਦਾ ਅਰਥ ਹੈ ਜਿਹੜਾ ਫਿਜ਼ੀਕਲ ਰੋਗ ਲੱਗਾ। ਵੈਦ ਜੀ ਤੁਸੀਂ ਤਾਂ ਚੌਥੇ ਰੋਗ ਤੇ ਤੁਰੇ ਫਿਰਦੇ ਹੋ, ਪਹਿਲਾਂ ਤਿੰਨਾਂ ਤਾਂ ਵੇਖੋ ਲੋਕਾਂ ਨੂੰ ਖਾ ਗਏ ਤਿੰਨੇ ਤਿੰਨੇ ਰੋਗ, ਵਿਛੋੜਾ ਰੋਗ ਹੈ। ਫਿਰ ਬੇਨਤੀ ਕਰਾਂ, ਅੰਦਰ ਦੀ ਮਨ ਦੀ ਭੁੱਖ ਨਹੀਂ ਮਿਟਦੀ ਰੋਗ ਹੈ। ਜਮਦੂਤ ਦਾ ਭੈ ਮਨੋਵਿਗਿਆਨਿਕ ਰੋਗ, ਇਹ ਬੰਦਾ ਚਿੰਤਾ ਚ ਰਹਿੰਦਾ, ਆਹ ਤਾਂ ਚੌਥਾ ਹੈ ਜਿਹੜੀ ਤੁਸੀਂ ਦਵਾਈ ਜਾਣਦੇ ਹੋ। ਫਿਰ ਕਹਿਣ ਲੱਗੇ ਮੈਨੂੰ ਇਹ ਗੱਲ ਦੱਸੋ ਇਹ ਪੈਦਾ ਕਿਵੇਂ ਹੋ ਗਿਆ। ਹਰਦਾਸ ਕਹਿੰਦਾ ਮਹਾਰਾਜ ਤੁਸੀਂ ਦੱਸੋ, ਮੈਂ ਤਾਂ ਆ ਹੀ ਜਾਣ ਸਕਣਾ ਬਿਮਾਰ ਕਿਵੇਂ ਹੋ ਗਿਆ ਕਿਸ ਤਰ੍ਹਾਂ। ਗੁਰੂ ਸਾਹਿਬ ਅੱਗੇ ਫਿਰ ਕਹਿੰਦੇ ਆ, ਦੁੱਖ ਵਿਛੋੜਾ, ਇੱਕ ਦੁੱਖ ਭੂਕ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਹੁਣ ਅਗਲੀਆਂ ਤੁਕਾਂ ਨੇ ਦਰਦ ਹੋਵੇ, ਇਹਦੀ ਪੀੜ ਬੜੀ ਭੈੜੀ ਆ ਵੈਦਾ, ਦਰਦ ਹੋਵੇ, ਦੁੱਖ ਰਹਿ ਸਰੀਰ, ਐਸਾ ਦਾਰੂ ਲੱਗੇ ਨਾ ਵੀਰ। ਵੀਰ ਦਾ ਅਰਥ ਮੇਰੇ ਵੀਰਾ, ਆਹ ਜਿਹੜੀ ਤੂੰ ਝੋਲੇ ਚ ਦਵਾਈ ਪਾਈਏ ਨਹੀਂ ਕਾਟ ਕਰਦੀ, ਐਸਾ ਦਾਰੂ ਲੱਗੇ ਨਾ ਵੀਰ। ਅੱਗੇ ਮਹਾਰਾਜ ਨੂੰ ਪੁੱਛਦਾ, ਮਹਾਰਾਜ ਇਹ ਤਾਂ ਦੱਸ ਦਿਓ ਪੈਦਾ ਕਿਵੇਂ ਹੋਏ। ਮਹਾਰਾਜ ਕਹਿੰਦੇ ਉਦੋਂ ਉਪਜਦੇ ਆ ਖਸਮ ਵਿਸਾਰ ਕੀਏ ਰਸ ਭੋਗ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਆ ਸਭੇ ਦੇ ਝੋਂਦੇ ਜਦੋਂ ਭੁੱਲਦਾ ਵਿਆਪਨ ਸਭੇ ਰੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜੀਓ ਤਪ ਤਖੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ,
ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ। ਉਹ ਵੈਦਾਂ ਤੈਨੂੰ ਦੱਸਣਾ ਕਿਵੇਂ ਨਿਕਲਦੇ ਨੇ, ਖਸਮ ਵਿਸਾਰ ਕੀ ਏ ਰਸ ਭੋਗ, ਤਾਂ ਤੈਨੂੰ ਉੱਠ ਖਲੋਏ ਰੋਗ, ਮਨ ਅੰਧੇ ਕੋ ਮਿਲੈ ਸਜਾਏ, ਵੈਦ ਨਾ ਭੋਲੇ ਦਾਰੂ ਲੈ ਸਮਝਾਏ ਇਸ ਮਨ ਨੂੰ। ਇਹਨੂੰ ਸਜ਼ਾ ਮਿਲਦੀ ਪਈ ਏ ਖਸਮ ਨੂੰ ਭੁੱਲਣ ਦੀ। ਇੱਕ ਸਵਾਲ ਅਗਲਾ, ਕੀ ਬੰਦਗੀ ਕਰਨ ਵਾਲੇ ਨੂੰ ਰੋਗ ਨਹੀਂ ਲੱਗਦਾ? ਅਸੀਂ ਕਹਿੰਦੇ ਫਲਾਣੇ ਬੜੀ ਬੰਦਗੀ ਕੀਤੀ, ਆਹ ਬਿਮਾਰੀ ਲੱਗ ਗਈ। ਗੁਰਮੁਖੋ ਸੱਚ ਇਹ ਵੇ, ਉਹਨਾਂ ਨੇ ਕਦੀ ਦੁੱਖ ਨੂੰ ਦੁੱਖ ਦੇ ਰੂਪ ਚ ਮੰਨਿਆ ਹੀ ਨਹੀਂ। ਉਹ ਦੁੱਖ ਜਦੋਂ ਆਉਂਦਾ ਦਾਤ ਦੇ ਰੂਪ ਚ ਮੰਨ ਜਾਂਦੇ ਆ। ਇੱਕ ਬਚਨ ਜਿਹੜਾ ਪੜ੍ਹਦੇ ਹੋ ਨਾ, ਦੁੱਖ ਦਾਰੂ ਸੁੱਖ ਰੋਗ ਭਇਆ, ਅੱਗੇ ਕੀ ਹੈ, ਜਾਂ ਸੁੱਖ ਤਾਮ ਨਾ ਹੋਈ। ਇਹਦਾ ਅਰਥ ਕੀ ਹੋ ਗਿਆ? ਦੁੱਖ ਦਾਰੂ ਹੈ ਸੁੱਖ ਰੋਗ, ਫਿਰ ਕਹਿਣ ਲੱਗੇ ਜਾਂ ਸੁੱਖ ਤਾਮ ਨਾ ਹੋਈ। ਇਹ ਕਿਹੜਾ ਸੁੱਖ ਆ ਗਿਆ ਜਾਂ ਸੁੱਖ? ਦੁੱਖ ਦਾਰੂ, ਅੱਗੇ ਮੈਂ ਅਰਜ਼ ਕਰਨੀ ਇੱਥੇ ਅੱਜ ਹੀ, ਵੀ ਬਾਬਾ ਜੀ ਨੇ ਫਿਰ ਕਿਹਾ ਆ ਛੱਡ ਝੋਲਾ, ਇਹ ਤਾਂ ਫਿਜ਼ੀਕਲ ਸਰੀਰ ਕੇ, ਆ ਮੈਂ ਤੈਨੂੰ ਦੱਸਣਾ ਦਵਾਈਆਂ ਕਿਵੇਂ ਬਣਦੀਆਂ ਨੇ। ਇੱਥੇ ਦੱਸਿਆ ਇਹ ਚੀਜ਼ਾਂ ਨੇ ਨਾ, ਵੀ ਰੋਗ ਕਿੱਥੋਂ ਪੈਦਾ ਹੋਇਆ, ਕਿਹੜਾ ਰੋਗ ਹੈ, ਇਹਦੀ ਦਵਾਈ ਕਿਵੇਂ ਬਣੇਗੀ। ਬਾਬਾ ਜੀ ਨੇ ਤਿੰਨੇ ਦੱਸ ਦਿੱਤੇ। ਉਹਨਾਂ ਕਿਹਾ ਚਾਰ ਦੁੱਖ ਨੇ ਨਿਕਲੇ ਖਸਮ ਨੂੰ ਵਿਸਾਰ ਕੇ ਨੇ, ਤੇ ਗੁਰੂ ਸਾਹਿਬ ਉੱਥੇ ਸ਼ਬਦ ਵਰਦੇ ਆ ਵੀ ਇਹ ਇਹਦੀ ਦਵਾਈ ਹੈ, ਤੇ ਮੈਂ ਤੈਨੂੰ ਆਹ ਜਿਹੜਾ ਦੁੱਖ ਦਾਰੂ, ਦੁੱਖ ਦਾਰੂ ਦਾ ਅਰਥ ਆ ਦੂਜਾ ਪੀਣ ਵਾਲਾ, ਦਾਰੂ ਨਹੀਂ ਕਿਤੇ ਕਰ ਲੈਣਾ, ਦਾਰੂ ਦਾ ਤਾਂ ਦਵਾਈ ਹੈ। ਕਿਤੇ ਕੋਈ ਕਰਦੇ ਬਾਬਾ ਜੀ ਨੇ ਦੁੱਖ ਚ ਕਿਹਾ ਸੀ ਦਾਰੂ ਪੀ ਲਓ, ਨਹੀਂ ਨਹੀਂ ਨਹੀਂ, ਮੈਨੂੰ ਪਤਾ ਸਾਡੇ ਪਿੰਡਾਂ ਚ ਬੜੇ ਪੁੱਠੇ ਦਿਮਾਗ ਵਾਲੇ ਅਰਥ ਕਰਦੇ। ਦੁੱਖ ਦਾਰੂ, ਦੁੱਖ ਦਵਾਈ ਹੈ, ਸੁੱਖ ਰੋਗ ਭਇਆ, ਜਦੋਂ ਦੁੱਖ ਆਇਆ ਉਦੋਂ ਪਿਆਰੇ ਦੀ ਯਾਦ ਆਈ। ਕਈ ਵਾਰੀ ਬੰਦਾ ਦੁੱਖ ਤੋਂ ਛੁੱਟਣ ਲਈ ਜਦੋਂ ਗੁਰੂ ਕੋਲ ਜਾਂਦਾ, ਗੁਰੂ ਦੁੱਖ ਵੀ ਕੱਟ ਦਿੰਦਾ ਤੇ ਸਦਾ ਲਈ ਆਪਣੇ ਨਾਲ ਜੋੜ ਵੀ ਲੈਂਦਾ ਹੈ। ਕੱਲ ਸ਼ਾਇਦ ਕਥਾ ਕੀਤੀ ਪਰਸੋਂ ਕਿ ਜੇ ਪ੍ਰੇਮੇ ਨੂੰ ਕੋੜ ਨਾ ਲੱਗਦਾ ਤੇ ਸ਼ਾਇਦ ਕਦੀ ਮੰਜੀ ਕਿ ਮਿਲਦੀ ਕਿ ਨਾ, ਉਹਦਾ ਦੁੱਖ। ਦੀਪਾਲਪੁਰ ਦਾ ਨੂਰੀ ਜਿਹੜਾ ਰੋਗੀ, ਉਹਦਾ ਨਾਮ ਨੂਰੀ ਸੀ ਜੀ ਕੋੜੀ ਦਾ, ਜੇ ਉਹਨੂੰ ਦੁੱਖ ਨਾ ਲੱਗਦਾ, ਗੁਰਮੁਖੋ ਦੁੱਖ ਇਲਾਜ ਬਣ ਜਾਂਦਾ, ਸੁੱਖ ਰੋਗ ਭਇਆ, ਸੁੱਖ ਹਮੇਸ਼ਾ ਖਸਮ ਨੂੰ ਭੁਲਾ ਕੇ ਬਿਮਾਰੀਆਂ ਨੂੰ ਜਨਮ ਦਿੰਦਾ, ਜਾਂ ਸੁੱਖ, ਸੁਣਿਓ, ਦਾਰੂ ਵਿੱਚੋਂ ਦੁੱਖ ਤੋਂ ਬਾਅਦ ਜਿਹੜਾ ਆਤਮਕ ਸੁੱਖ ਮਿਲਦਾ, ਜਾਂ ਸੁੱਖ ਤਾਮ ਨਾ ਹੋਈ, ਉਸ ਸੁੱਖ ਦੇ ਉੱਤੇ ਫਿਜ਼ੀਕਲ ਦੁੱਖ ਵੀ ਕੋਈ ਅਸਰ ਨਹੀਂ ਕਰਦਾ। ਫਿਰ ਅਰਥ ਸੁਣਿਓ, ਦੁੱਖ ਦਾਰੂ ਸੁੱਖ ਰੋਗ ਭਇਆ, ਜਾਂ ਸੁੱਖ, ਕਿਹੜਾ ਸੁੱਖ, ਦੁੱਖ ਵਿੱਚੋਂ ਸੁੱਖ ਜਿਹੜਾ ਉਪਜੇ, ਜਾਂ ਸੁੱਖ ਤਾਮ ਨਾ ਹੋਈ। ਮਹਾਰਾਜ ਇੱਥੇ ਸ਼ਬਦ ਵਰਤ ਰਿਹਾ ਕਿ ਇਹ ਇਲਾਜ ਇਹਦਾ। ਹਰਦਾਸ ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ। ਸੁਣਿਓ, ਫਿਰ ਸਤਿਗੁਰੂ ਕਹਿੰਦੇ ਸੁਣ ਵੈਦਾ, ਵੈਦ ਦੇ ਸਭ ਕੁਝ ਬਦਲ ਚੁੱਕਾ ਸੀ। ਬਾਬਾ ਕਾਲੂ ਫਿਰ ਵੇਂਦਾ ਕਦੀ ਵੈਦ ਵੱਲ, ਕਦੀ ਆਪਣੇ ਪੁੱਤਰ ਵੱਲ, ਕਦੀ ਰਾਏ ਬੁਲਾਰ ਚ। ਮੈਂ ਕਿਹਾ ਨਾ ਕੱਲ ਕੱਲ ਅਸੀਂ ਗੱਲ ਕਰ ਰਹੇ ਸਾਂ ਖੇਤਾਂ ਦੀ, ਜਦੋਂ ਰਾਏ ਬੁਲਾਰ ਨੇ ਕਿਹਾ ਨਾ ਕਿ ਵੇਖੀ ਕਾਲੂ ਮਤਾ ਪੁੱਤਰ ਨੂੰ ਫਿੱਟ ਮਾਰ ਕਹੇ, ਇਹ ਮਹਾਂਪੁਰਖ ਹੈ, ਇਹਦੇ ਕਰਕੇ ਮੇਰੀ ਤਲਵੰਡੀ ਵੱਸਦੀ ਹੈ, ਮੇਰਾ ਸ਼ਹਿਰ ਵੱਸਦਾ। ਨਾਲ ਕਹਿਣ ਲੱਗੇ ਤੂੰ ਬੋਲਦਾ ਕਿਉਂ ਨਹੀਂ? ਕਾਲੂ ਤੂੰ ਦਿਹਾਲ ਹੋਇਆ, ਤੇਰੇ ਘਰ ਪੈਦਾ ਹੋਇਆ, ਮੈਂ ਨਿਹਾਲ ਹੋਇਆ, ਮੇਰੇ ਸ਼ਹਿਰ ਚ ਹੋਇਆ। ਤੇ ਕਾਲੂ ਸੁਣ ਕੇ ਬਾਬਾ ਜੀ ਕਹਿੰਦੇ ਚੰਗਾ ਰਾਏ ਜੀ, ਠੀਕ ਹੋਣਾ, ਬਾਕੀ ਖੁਦਾ ਦੀਆਂ ਖੁਦਾ ਜਾਣੇ, ਮੈਂ ਘਰ ਚੱਲਾ ਵਾ। ਮਤਲਬ ਜਿਵੇਂ ਇਗਨੋਰ ਜਿਹਾ ਕਰਤਾ। ਇੱਥੇ ਹੁਣ ਫਿਰ ਬਾਬਾ ਕਾਲੂ ਦੱਸਦਾ ਵੀ ਕੀ ਬਣ ਰਿਹਾ ਹੈ। ਗੁਰੂ ਸਾਹਿਬ ਕਹਿੰਦੇ ਵੈਦ ਜੀ ਦਵਾਈ ਕਿਵੇਂ ਬਣਾਉਂਦੇ ਹੋ? ਹਰ ਜ਼ਹਿਰ ਮੌਤ ਥੋੜਾ ਹੁੰਦੀ ਹੈ, ਹਰ ਸੱਪ ਦਾ ਵਿਸ਼ ਜਿਹੜਾ ਮਰਦਾ ਥੋੜਾ ਹੈ। ਕਹਿਣ ਲੱਗਾ ਮੈਂ ਸਮਝ ਗਿਆ। ਕਹਿਣ ਲੱਗੇ ਤੁਸੀਂ ਸੰਖਿਆ ਲੈਂਦੇ ਹੋ, ਸੰਖਿਆ ਜ਼ਹਿਰ ਹੁੰਦਾ ਜੀ, ਮੋਹਰਾ ਜੀ ਨੂੰ ਕਹਿੰਦੇ ਆ। ਬਾਬਾ ਜੀ ਨੇ ਸ਼ਬਦ ਮੋਹਰਾ ਵਰਤਿਆ, ਮੋਹਰਾ ਜ਼ਹਿਰ ਹੈ, ਤੁਸੀਂ ਕਿੱਥੇ ਵਰਤਦੇ ਹੋ? ਕਹਿਣ ਲੱਗੇ ਜਦੋਂ ਮੈਨੂੰ ਸੱਪ ਦਾ ਜ਼ਹਿਰ ਮਿਲ ਜਾਏ, ਸੰਖਿਆ ਮਿਲ ਜਾਏ। ਵੈਦ ਕਹਿੰਦਾ ਮੈਂ ਉਹਦੇ ਚ ਮਸਾਲੇ ਪਾ ਕੇ ਉਹਨੂੰ ਕੁਸ਼ਤਾ ਕਰ ਲੈਣਾ, ਉਹਦੀ ਦਵਾਈ ਬਣਾ ਲੈਣਾ। ਫਿਰ ਜੀ, ਕਹਿਣ ਲੱਗੇ ਸੰਖੀਏ ਦੀ ਕੁਸ਼ਤਾ ਕਰਕੇ ਮਸਾਲੇ ਪਾ, ਬੂਟੀਆਂ ਪਾ, ਜਦੋਂ ਮੈਂ ਦਵਾਈ ਦੇਣਾ, ਜਿਹੜਾ ਖਾਂਦਾ ਉਹਦੇ ਰੋਗ ਕੱਟੇ ਜਾਂਦੇ ਆ। ਗੁਰੂ ਸਾਹਿਬ ਕਹਿੰਦੇ ਦੁੱਖ ਸੰਖੀਆ ਹੈ, ਦੁੱਖ ਜ਼ਹਿਰ ਹੈ, ਸੱਚੀ ਮੁੱਚੀ ਇਕੱਲਾ ਆਏਗਾ ਬੰਦੇ ਨੂੰ ਮਾਰ ਦੇਗਾ, ਸੁਸਾਈਡ ਕਰਨ ਤੱਕ ਜਾਏਗਾ। ਜੇ ਦੁੱਖ ਦੇ ਵਿੱਚ ਨਾਮ ਦਾ ਮਸਾਲਾ ਪਾ ਲੈ
ਇਹ ਮੋਹਰਾ ਵੀ ਕੁਛ ਤਾਂ ਹੋ ਜਾਏਗਾ, ਫਿਰ ਜਿੰਨਾ ਦੁੱਖ ਵਿੱਚ ਰੱਬ ਨੂੰ ਜਪੇਗਾ ਉਨੀ ਤੈਨੂੰ ਅਰੋਗਤਾ ਮਿਲੇਗੀ। ਵੈਦ ਨੂੰ ਜਿਹੜੇ ਸ਼ਬਦ ਕਹਿ ਦੁੱਖ ਮੋਹਰਾ ਮਾਰਨ ਹਰ ਨਾਮ, ਇੱਥੇ ਮਾਰਨ ਦਾ ਲਫ਼ਜ਼ੀ ਅਰਥ ਮਸਾਲਾ, ਮਾਰਨ ਦਾ ਅਰਥ ਦੂਜਾ ਮਾਰਨਾ ਨਹੀਂ, ਮਾਰਨ ਪਏ ਹਰਾਮ ਮੈਂ ਹੋਏ ਹਲਾਲ ਨਾ ਜਾਏ, ਉੱਥੇ ਵੀ ਮਾਰਨ ਦਾ ਅਰਥ ਮਸਾਲਾ ਹੈ। ਕਹਿਣ ਲੱਗੇ ਦੁੱਖ ਸੰਖਿਆ ਹੈ ਜ਼ਹਿਰ ਹੈ, ਇਸ ਵਿੱਚ ਨਾਮ ਦਾ ਮਸਾਲਾ ਪਾ ਦੇ, ਜਿਵੇਂ ਤੂੰ ਬਾਹਰੋਂ ਮਸਾਲੇ ਪਾਏ ਤੇ ਜ਼ਹਿਰ ਦੀ ਤਸੀਰ ਬਦਲ ਜਾਂਦੀ ਏ। ਮਾਰਨ ਵਾਲਾ ਲੋਕਾਂ ਨੂੰ ਬਚਾਉਣ ਵੀ ਸਹਾਇਕ ਹੁੰਦਾ, ਦੁੱਖ ਮਾਰਦਾ, ਪਰ ਜਿੱਥੇ ਦੁੱਖ ਵਿੱਚ ਨਾਮ ਚੇਤੇ ਆ ਜਾਏ ਗੁਰਮੁਖਾ ਸੱਚ ਇਹੀ, ਉੱਥੇ ਨਾਮ ਜਪਦਿਆਂ ਜਪਦਿਆਂ ਦੁੱਖ ਵੀ ਸੁੱਖ ਬਣ ਜਾਂਦਾ ਹੈ। ਦੁੱਖ ਮੋਹਰਾ ਮਾਰਨ ਹਰ ਨਾਮ, ਤੇ ਫਿਰ ਬਣਾਉਣੀ ਕਿਵੇਂ ਮੈਂ ਦਵਾਈ? ਸਿਲਾ ਸੰਤੋਖ, ਉਹ ਪੱਥਰ ਤੇ ਰਗੜਦੇ ਨਾ ਵੈਦ ਹਕੀਮ, ਕਹਿਣ ਲੱਗੇ ਸੰਤੋਖ ਦਾ ਪੱਥਰ ਲੈ, ਉੱਤੇ ਜਿਹੜਾ ਵੱਟਾ ਚਲਾਉਣਾ ਉਹ ਹੱਥੋਂ ਦੇ ਦਾਨ ਦੇਣ ਦਾ ਬਣਾ। ਸਿਲਾ ਸੰਤੋਖ ਪੈਸਨ ਪੀਸਣ ਹਾ ਦਾਨ, ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਕੀ ਹੋਵੇਗਾ, ਨਿਤ ਨਿਤ ਲਿਖੋ ਨਾ ਛੀਜੈ ਦੇ, ਅੰਤਕਾਲ ਜਾਂ ਮਾਰੇ ਠੇ। ਇਹ ਇਹ ਦਵਾਈ ਨਾ ਉਹ ਸਮਝ ਗਿਆ, ਕਹਿੰਦਾ ਵੀ ਮਹਾਰਾਜ ਬਾਕੀ ਇਹ ਦਵਾਈ ਕਹਿੰਦੇ ਨਿਰਣੇ ਕਾਲ ਜੇ ਖਾਣੀ ਹੈ। ਦੇਸੀ ਦਵਾਈਆਂ ਅਗਲੇ ਕਹਿੰਦੇ ਹੁੰਦੇ ਸਨ ਕੁਝ ਖਾਣ ਪੀਣ ਤੋਂ ਬਿਨਾਂ ਸਿੱਧੀ ਖਾਣੀ ਹੈ, ਅੱਜ ਜਿੱਦਣ ਦੀਆਂ ਅੰਗਰੇਜ਼ੀ ਆਈਆਂ ਨੇ ਪੁੱਠਾ ਹੀ ਬਦਲ ਦਿੱਤਾ, ਪਹਿਲਾਂ ਰੱਜ ਕੇ ਕੁਝ ਖਾ ਲਿਆ ਜੇ ਫਿਰ ਦਵਾਈ ਖਾਇਓ ਜੇ। ਸੱਚੀ ਮੁੱਚੀ ਜਦ ਨਿਰਣੇ ਕਾਲ ਜੇ ਜਾਂਦੀ ਸੀ ਉੱਥੇ ਮਹਾਰਾਜ ਕਹਿੰਦੇ ਆ ਇਹ ਨਾਮ ਦੀ ਦਵਾਈ ਨਾ ਨਿਰਣੇ ਕਾਲ ਜੇ ਲਈ ਜਦੋਂ ਅੰਦਰ ਕੁਝ ਪਹਿਲਾਂ ਸੱਟਿਆ ਨਹੀਂ, ਇਹਦਾ ਮਤਲਬ ਵਿਚਾਰ। ਨਿਰਣਾ ਕਾਲ ਜਾ ਕੀ ਸੀ ਜੀ? ਅੰਮ੍ਰਿਤ ਵੇਲੇ ਉੱਠੇ ਕੋਈ ਹੋਰ ਖਿਆਲ ਜਾਣ ਦੀ ਥਾਂ ਪਹਿਲਾਂ ਅੰਦਰ ਨਾਮ ਨੂੰ ਜਾਣ ਦਈ। ਦੁੱਖ ਮੋਹਰਾ ਮਾਰਨ ਹਰ ਨਾਮ, ਸਿਲਾ ਸੰਤੋਖ ਪੀਸਣ ਹੱਥ ਦਾਨ, ਨਿਤ ਨਿਤ ਲਿਹੋ ਨਾ ਛੀਜੈ ਦੇ, ਅੰਤਕਾਲ ਜਾ ਮਾਰੇ ਠੇ, ਐਸਾ ਦਾਰੂ ਖਾਏ ਗਵਾਰ, ਜਿਤ ਖਾਦੇ ਤੇਰੇ ਜਾਏ ਵਿਕਾਰ। ਇਹੋ ਜਿਹਾ ਦਾਰੂ ਇਹੋ ਜਿਹੀ ਦਵਾਈ ਖਾਣ ਨਾਲ ਅੰਦਰ ਦੇ ਵਿਕਾਰ ਚਲੇ ਜਾਂਦੇ ਆ। ਜਦੋਂ ਸਤਿਗੁਰੂ ਨੇ ਦੋ ਸ਼ਬਦ ਸੁਣਾਏ ਵੈਦ ਨੇ ਫਿਰ ਚਰਨ ਪਕੜ ਲਏ। ਬਜ਼ੁਰਗ ਸੀ ਬਾਬਾ ਕਾਲੂ ਨੂੰ ਕਹਿੰਦਾ ਇਹਨੂੰ ਕੋਈ ਬਿਮਾਰੀ ਨਹੀਂ, ਮੈਂ ਲੋਕਾਂ ਦੇ ਇਲਾਜ ਕਰਦਾ, ਅੱਜ ਮੇਰਾ ਇਲਾਜ ਹੋ ਗਿਆ ਹੈ। ਗੁਰੂ ਸਾਹਿਬ ਨੇ ਕਿਹਾ ਹਰਦਾਸ ਨਾਮ ਚ ਜੁੜ ਜਾ। ਵੈਦ ਜੀ ਨਾਮ ਚ ਜੁੜੋ, ਜਪੋ ਨਾਮ ਰੱਬ ਦਾ। ਵੈਦ ਨੇ ਗੁਰੂ ਸਾਹਿਬ ਦੇ ਚਰਨਾਂ ਚ ਮੱਥਾ ਟੇਕਿਆ, ਮਹਾਰਾਜ ਨੇ ਅਸੀਸ ਦਿੱਤੀ। ਇਤਿਹਾਸ ਕਹਿੰਦਾ ਉਹ ਨਿਹਾਲ ਹੋਏ ਗਿਆ, ਉਹ ਅੰਦਰੋਂ ਤ੍ਰਿਪਤ ਹੋ ਗਿਆ। ਤੇ ਮੈਨੂੰ ਯਾਦ ਹੈ ਪਹਿਲਾਂ ਇੱਕ ਧਾਰਨਾ ਪੜ੍ਹਦੇ ਹੁੰਦੇ ਸਨ ਕਿ ਆ ਗਿਆ ਜੇ ਬਾਬਾ ਮੇਰਾ ਵੈਦ ਰੋਗੀਆਂ ਦਾ। ਸੱਚੀ ਹੈ ਉਹ ਵੈਦਾਂ ਦਾ ਵੀ ਵੈਦ ਹੈ, ਉਹ ਮਾਸਟਰਾਂ ਦਾ ਮਾਸਟਰ ਹੈ, ਉਹ ਮੌਲਵੀਆਂ ਤੋਂ ਸਭ ਤੋਂ ਵੱਡਾ ਫਾਜ਼ਿਲ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਬਚਨ ਕਹੇ ਵੈਦ ਨੇ ਸੀਨੇ ਚ ਦਬਾ ਲਏ, ਪੜ੍ਹ ਲਏ। ਕੱਲ ਨੂੰ ਅਖੀਰਲਾ ਦੀਵਾਨ ਹੈ ਇਸ ਫੇਰੀ ਦਾ ਦੁਪਹਿਰੇ। ਮੇਰੀ ਇੱਛਾ ਸੀ ਕਿ ਬਾਬਾ ਮਰਦਾਨਾ ਤੇ ਗੁਰੂ ਨਾਨਕ ਕਿਵੇਂ ਮਿਲਦੇ ਆ, ਉਹ ਮਿਲਣੀ ਕਿਹੋ ਜੀ ਹੈ? ਇਹ ਵੀ ਤਲਵੰਡੀ ਚ ਮਿਲਦੇ ਆ, ਉਹ ਮਿਲਣੀ ਜਿਹੜੀ ਅੰਤਲੇ ਸਮੇਂ ਤੱਕ ਮਰਦਾਨੇ ਨੇ ਨਿਭਾ ਦਿੱਤੀ, ਕੀਰਤਨ ਦੀ ਉਤਪਤੀ। ਕਿਵੇਂ ਬਾਬਾ ਜੀ ਕਹਿੰਦੇ ਆ ਤੂੰ ਆ ਮੇਰਾ ਸਾਥ ਦੇ। ਬੇਬੇ ਨਾਨਕੀ ਦਾ ਵਿਆਹ ਹੁੰਦਾ, ਭਾਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਤੇ ਗੁਰਪ੍ਰਤਾਪ ਸੂਰਜ ਦਾ ਕਰਤਾ ਕਹਿੰਦਾ ਸੁਲਤਾਨਪੁਰ ਤੋਂ ਜੰਜ ਗਈ, ਬਾਕੀ ਸਾਰੀਆਂ ਜਨਮ ਸਾਖੀਆਂ ਕਹਿੰਦੀਆਂ ਨੇ ਤਲਵੰਡੀ ਵਿਆਹ ਹੋਇਆ ਹੈ। ਹੁਣ ਇਸ ਪਾਸੇ ਵੀ ਨਹੀਂ ਪੈ ਜਾਣਾ ਵੀ ਇਹਨੂੰ ਬਹਿਸ ਦਾ ਵਿਸ਼ਾ ਨਹੀਂ ਬਣਾਉਣਾ ਵੀ ਤਲਵੰਡੀ ਹੋਇਆ। ਮੈਨੂੰ ਪਤਾ ਬਟਾਲੇ ਹੁਣ ਵੀ ਜੰਜ ਸੁਲਤਾਨਪੁਰ ਚੜ ਕੇ ਆਉਂਦੀ, ਹਾਲਾਂਕਿ ਜਨਮ ਸਾਖੀ ਜਦੋਂ ਪੜੋਗੇ ਉਦੋਂ ਬਾਬਾ ਜੀ ਜਦੋਂ ਸੁਲਤਾਨਪੁਰ ਜਾਂਦੇ ਆ ਤੇ ਮਾਤਾ ਸੁਲੱਖਣੀ ਕਹਿੰਦੇ ਆ ਵੀ ਮੈਂ, ਕਹਿਣ ਲੱਗੇ ਭਾਗਾਂ ਵਾਲੀਏ ਤੂੰ ਰਹੋ, ਮੈਂ ਕੁਛ ਕਿਰਤ ਕਰਦਾ, ਤੂੰ ਜ਼ਰੂਰ ਬੁਲਾਸਾਂ, ਭੈਣ ਦੇ ਸਿਰ ਤੇ ਬੋਝ ਨਹੀਂ ਬਣਨਾ। ਇਹਦਾ ਮਤਲਬ ਇਸ਼ਾਰੇ ਮਹਾਰਾਜ ਕਰਦੇ ਆ ਕੱਲ ਨੂੰ ਮੈਂ ਬੇਨਤੀ ਕਰਾਂਗਾ ਜੀ ਭਾਈ ਮਰਦਾਨਾ ਤੇ ਗੁਰੂ ਨਾਨਕ ਸਾਹਿਬ ਕਿਵੇਂ ਮਿਲਦੇ ਆ, ਕੀ ਹੈ ਭਾਈ ਮਰਦਾਨਾ। ਕੁਝ ਕੁ ਮੈਂ ਜਨਮ ਸਾਖੀ ਚੋਂ ਭਾਈ ਸਾਹਿਬ ਦੇ ਜੀਵਨ ਨੂੰ ਆਪ ਨਾਲ ਸਾਂਝਾ ਕਰਾਂਗਾ। ਬਹੁਤ ਬਹੁਤ ਸਭ